ਸਸਿਕਾਲ ਮੈਂ ਹਰਮਨਜੀਤ ਸਿੰਘ ਤਾਦਲੀ ਟੀਮ ਲੀਡ ਸਾਊਥ ਕੋਸਟ ਐਗਰੀਕਲਚਰ ਡਿਵੈਲਪਮੈਂਟ ਖੇਤੀਬਾੜੀ ਅਤੇ ਖੁਰਾਕ ਮੰਤਰਾਲਾ ਅੱਜ ਤੁਹਾਡੇ ਨਾਲ ਵਾਟਰ ਸਸਟੇਨੇਬਿਲਟੀ ਐਕਟ ਦੇ ਦੀਨ ਸੋਕਾ ਪ੍ਰਬੰਧਨ ਬਾਰੇ ਸਮਝ ਤੇ ਉਸ ਬਾਰੇ ਗੱਲਾਂ ਕਰਾਂਗਾ ਇਹ ਜਿਹੜੀ ਪ੍ਰੈਜੈਂਟੇਸ਼ਨ ਜਿਹੜੀ ਕਰ ਰਿਹਾ ਮੈਂ ਤੁਹਾਡੇ ਨਾਲ ਇਹ ਜਲ ਭੂਮੀ ਅਤੇ ਸਰੋਤ ਪ੍ਰਬੰਧਨ ਮੰਤਰਾਲੇ ਵੱਲੋਂ ਤਿਆਰ ਕੀਤੀ ਗਈ ਹੈ ਸੋ ਅੱਜ ਦੇ ਵਿੱਚ ਵਾਰਤਾਲਾਪ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਆਪ ਜੀ ਨਾਲ ਸੰਝਾ ਕਰਨਾ ਚਾਹੁੰਦਾ ਹਾਂ ਕਿ ਮੈਂ ਓਕਾ ਨਾਗਨ ਸਿਲਕ ਏ ਫਾਸਨੇਸ਼ਨਸ ਦੀ ਧਰਤੀ ਤੋਂ ਬੋਲ ਰਿਹਾ ਤੇ ਉਹਨਾਂ ਦਾ ਮੈਂ ਧੰਨਵਾਦ ਦਿਆਂ ਕਿ ਉਹਨਾਂ ਨੇ ਮੈਨੂੰ ਇਸ ਸੋਹਣੇ ਧਰਤੀ ਉੱਤੇ ਰਹਿਣ ਅਤੇ ਇਥੋਂ ਦਾ ਆਨੰਦ ਮਾਣਨ ਦਾ ਮੌਕਾ ਦਿੱਤਾ ਸੋ ਅੱਜ ਦੀ ਗੱਲਬਾਤ ਦੇ ਵਿੱਚ ਜਿਹੜੇ ਮੁੱਖ ਮੁੱਦੇ ਕਵਰ ਕੀਤੇ ਜਾਣ ਹਨ ਉਹਨਾਂ ਦੇ ਵਿੱਚ ਵਾਟਰ ਸਸਟੇਨੇਬਿਲਟੀ ਐਕਟ ਜਿਹੜਾ ਕਿ 2016 ਤੋਂ ਬੀਸੀ ਦੇ ਵਿੱਚ ਲਾਗੂ ਹੋਇਆ ਉਸ ਦੇ ਕੀ ਮੁੱਖ ਮੁੱਦਾ ਹਨ ਸੋਸ ਦੇ ਵਿੱਚ ਪਾਣੀ ਦੇ ਪ੍ਰਬੰਧਨ ਲਈ ਕਿਵੇਂ ਆਪਾਂ ਐਕਸ਼ਨ ਕਰਦੇ ਆਂ ਤੇ ਕਿਹੜੇ ਕਿਹੜੇ ਦੇਸ਼ ਜਾਰੀ ਕੀਤੇ ਜਾਂਦੇ ਹਨ ਇਹ ਇਨਾ ਦੇਸ਼ਾਂ ਨੂੰ ਜਾਰੀ ਕਰਨ ਲੱਗੇ ਕਿਹੜੇ ਕਿਹੜੀਆਂ ਗੱਲਾਂ ਨੂੰ ਵਿਚਾਰਿਆ ਜਾਂਦਾ ਹੈ ਸੋ ਇਸ ਤੋਂ ਇਲਾਵਾ ਜਿਹੜੀ ਮਹਿਕਮੇ ਵੱਲੋਂ ਸਾਡੇ ਖੇਤੀਬਾੜੀ ਵਿਭਾਗ ਵੱਲੋਂ ਜਾਂ ਜਲ ਭੂਮੀ ਅਤੇ ਸਰੋਤ ਪੰਦਰ ਮੰਤਰਾਲੇ ਵੱਲੋਂ ਆਮ ਲੋਕਾਂ ਲਈ ਕਿਸਾਨਾਂ ਲਈ ਕੀ ਸੰਚਾਰ ਦੇ ਸਾਧਨ ਅਪਣਾਏ ਜਾ ਰਹੇ ਹਨ ਉਹਨਾਂ ਬਾਰੇ ਤੁਹਾਡੇ ਨਾਲ ਗੱਲਬਾਤ ਕਰਾਂਗਾ ਸੋ 2024 ਲਈ ਜਿਹੜੀ ਸਬਾਈ ਪਹੁੰਚ ਆ ਉਹਦੇ ਵਿੱਚ ਤਬਦੀਲੀਆਂ ਕੀਤੀਆਂ ਗਈਆਂ ਹਨ ਜਿਦੇ ਵਿੱਚ ਸਭ ਤੋਂ ਪਹਿਲੀ ਇਹ ਹੈ ਵੀ ਸਥਾਨਕ ਅਤੇ ਸਥਾਈ ਤੋਂ ਸੂਬਾਈ ਤੇ ਸਥਾਈ ਹੱਲ ਵੱਲ ਕਦਮ ਵਧਾਏ ਗਿਆ ਨੇ ਜਿਵੇਂ ਅਕੀ ਹੁੰਦਾ ਸੀ ਕਿ ਪਹਿਲਾਂ ਜੇ ਕਿਤੇ ਸੋਕਾ ਪੈ ਗਿਆ ਜਾਂ ਕੋਈ ਅਜਿਹੀ ਸਥਿਤੀ ਆ ਗਈ ਤਾਂ ਉਸ ਨੂੰ ਦੇਖ ਕੇ ਫਟਾਫਟ ਐਕਸ਼ਨ ਕੀਤਾ ਜਾਂਦਾ ਸੀ ਪਰੰਤੂ ਅਤੇ ਉਹ ਲੋਕਲ ਲੈਵਲ ਤੇ ਹੁੰਦਾ ਸੀ ਪਰੰਤੂ ਹੁਣ ਇਸ ਦੇ ਵਾਸਤੇ ਜਨ ਕੀ ਸੂਬਾ ਪੱਧਰ ਦੀ ਪਲਾਨ ਤਿਆਰ ਕੀਤੀ ਗਈ ਹੈ ਜਿਸ ਦੇ ਵਿੱਚ ਜਨ ਕੀ ਪਹਿਲਾਂ ਤੂੰ ਹੀ ਆਉਣ ਵਾਲੇ ਸੋਕੇ ਜਾਂ ਆਉਣ ਵਾਲੇ ਹਾਲਾਤਾਂ ਨੂੰ ਮੱਦੇਨਜ਼ਰ ਰੱਖ ਕੇ ਇੱਕ ਪੂਰੀ ਵਿਆਪਕ ਯੋਜਨਾਬੰਦੀ ਕੀਤੀ ਹੈ ਤਾਂ ਕਿ ਜਣੀ ਕਿ ਸਾਨੂੰ ਇੱਕੋ ਦਮ ਮੌਕਾ ਦੇਖ ਕੇ ਸਾਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ ਸੋ ਤਿਆਰੀ ਯੋਜਨਾਬੰਦੀ ਦੇ ਸੰਚਾਰ ਤੇ ਧਿਆਨ ਕੇਂਦਰਿਤ ਕਰਨਾ ਸੋ ਇਹਦੇ ਵਿੱਚ ਅਸੀਂ ਜਣੀ ਕਿ ਤਿਆਰੀ ਕਰ ਰਹੇ ਹਾਂ ਜਿਵੇਂ ਸੋਕਾ ਹਾਲ ਅੱਜ ਤੀਕ ਦੇ ਵਿੱਚ ਆਪਣੇ ਸੋਕੇ ਦੇ ਹਾਲਾਤ ਬਹੁਤੇ ਮਾੜੇ ਨਹੀਂ ਹਨ ਪਰੰਤੂ ਆਉਣ ਵਾਲੇ ਮਹੀਨਿਆਂ ਦੇ ਵਿੱਚ ਜਦੋਂ ਮੀਂਹ ਆ ਪਿਆ ਤਾਂ ਸੋਕੇ ਦੇ ਹਾਲਾਤ ਮਾੜੇ ਹੋਏ ਤਾਂ ਉਹਦੀ ਹੁਣ ਤੋਂ ਹੀ ਤਿਆਰੀ ਕੀਤੀ ਜਾ ਰਹੀ ਆ ਤੇ ਉਹ ਸੋਕੇ ਦੇ ਖਾਤਰ ਕਿਵੇਂ ਟੱਕਰਾ ਕਰਨਾ ਹੈ ਉਹਦੇ ਖਾਤਰ ਕਿੱਥੇ ਸਾਨੂੰ ਆਪਣਾ ਜਿਵੇਂ ਫਾਰਮ ਜਿਵੇਂ ਉਦਾਰਨ ਉਹ ਜਿਵੇਂ ਜਿੱਥੇ ਪਸ਼ੂਆਂ ਖਾਤਰ ਚਾਰੇ ਦਾ ਪ੍ਰਬੰਧ ਕਰਨਾ ਹੈ ਜਾਂ ਕਿਤੇ ਆਪਾਂ ਨੂੰ ਪਾਣੀ ਦਾ ਬਾਰੇ ਦੇਖਣਾ ਪੈਣਾ ਸੋ ਉਹਨਾਂ ਗੱਲਾਂ ਬਾਰੇ ਸਾਰਾ ਹੁਣ ਤੋਂ ਧਿਆਨ ਕੀਤਾ ਜਾ ਰਿਹਾ ਹੈ ਇਸ ਦੇ ਨਾਲ ਹੀ ਅਸੀਂ ਇਹ ਵੀ ਧਿਆਨ ਦਿੱਤਾ ਹੈ ਕਿ ਵੀ ਵੱਧ ਤੋਂ ਵੱਧ ਆਮ ਜਨਤਾ ਤੇ ਕਿਸਾਨਾਂ ਤੱਕ ਜਿਹੜੇ ਕੋਈ ਕੋਈ ਵੀ ਐਕਸ਼ਨ ਲਿਆ ਜਾਊਗਾ ਕੋਈ ਵੀ ਆਰਡਰ ਆਉਣਗੇ ਉਹਨਾਂ ਜਾਂ ਕੋਈ ਵੀ ਫੈਸਲੇ ਲਈ ਜਾਣਗੇ ਉਹਨਾਂ ਦੇ ਪਿੱਛੇ ਵਿਗਿਆਨ ਤੇ ਉਹਨਾਂ ਬਾਰੇ ਪੱਤ ਤੋਂ ਵੱਧ ਲੋਕਾਂ ਤੱਕ ਜਾਣਕਾਰੀ ਪਹੁੰਚਾਉਣ ਨੂੰ ਵੀ ਇੱਕ ਵੱਡਾ ਮੁੱਦਾ ਦੇ ਤੌਰ ਤੇ ਵਿਚਾਰਿਆ ਗਿਆ ਤੇ ਉਸ ਦੇ ਬਾਰੇ ਕੋਈ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ ਸੋ واਟਰ ਸਸਟੇਨੇਬਿਲਟੀ ਐਕਟ ਦੇ ਤਹਿਤ ਸੋਕਾ ਪ੍ਰਬੰਧਨ ਲਈ ਸੰਚਾਰ ਵਿੱਚ ਸੁਧਾਰ ਕਰਨਾ ਵੀ ਸਾਡਾ ਇੱਕ ਮੁੱਖ ਮੁੱਦਾ ਹੈ ਸੋ ਵਾਟਰ ਸਸਟੇਨੇਬਿਲਟੀ ਐਕਟ ਜਿਹਨੂੰ ਮੈਂ ਅੱਗੇ ਜਾ ਕੇ WSA ਦੇ ਨਾਲ ਵੀ ਸਮੂਦਤ ਕਰਾਂਗਾ ਸੋ ਇਹ ਕੀ ਹੈ ਸੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਸ ਬਾਰੇ ਗੱਲ ਕਰਦਾ ਵੀ ਇਹ 2016 ਦੇ ਵਿੱਚ ਲਾਗੂ ਹੋਇਆ ਸੋ ਬ੍ਰਿਟਿਸ਼ ਕੋਲੰਬੀਆ ਵਿੱਚ ਪਾਣੀ ਵੰਡ ਲਈ ਇਹ ਪ੍ਰਮੁੱਖ ਕਾਨੂੰਨ ਹੈ ਸੋ WSA ਜਿਹੜਾ ਤਿੰਨ ਹਧਾਰਾਂ ਮੁੱਖ ਸਿਧਾਂਤਾਂ ਦੇ ਕੰਮ ਕਰਦਾ ਸੋ 2016 ਤੋਂ ਪਹਿਲਾਂ ਬ੍ਰਿਟਿਸ਼ ਕਲੰਬੀਆ ਦੇ ਵਿੱਚ ਸਿਰਫ ਸਤਹੀ ਪਾਣੀ ਜਿਹੜਾ ਧਰਤੀ ਦੇ ਉੱਪਰ ਵਾਲਾ ਪਾਣੀ ਸੀ ਜਿਵੇਂ ਨਦੀ ਨਾਲਿਆਂ ਜਾਂ ਝੀਲਾਂ ਦੇ ਵਿੱਚ ਸੀ ਉਸੇ ਨੂੰ ਹੀ ਰੈਗੂਲੇਟ ਕੀਤਾ ਜਾ ਰਿਹਾ ਸੀ ਪਰੰਤੂ 2016 ਦੇ ਵਿੱਚ ਵਾਟਰ ਸਸਟੇਨੇਬਿਲਟੀ ਐਕਟ ਦੇ ਲਾਗੂ ਹੋਣ ਤੋਂ ਬਾਅਦ ਧਰਤੀ ਹੇਠਲੇ ਪਾਣੀ ਜਾਨੀ ਕਿ ਜ਼ਮੀਨੀ ਪਾਣੀ ਨੂੰ ਵੀ ਵਰਤਣ ਦੇ ਲਈ ਸਾਨੂੰ ਆਪਾਂ ਪਹਿਲਾਂ ਉਹਦਾ ਲਾਇਸੈਂਸ ਲੈਣਾ ਜ਼ਰੂਰੀ ਕਰਤਾ ਗਿਆ ਉਹਨੂੰ ਨਿਯਮਿਤ ਕਰਤਾ ਗਿਆ ਇਸ ਦੂਸਰਾ ਜਿਹੜੀ ਧਾਰਨਾ ਹੈਗੀ ਹੈ ਇਹਦੀ ਸਿਧਾਂਤ ਹੈ ਨਦੀਆਂ ਤੇ ਧਰਾਵਾਦੀ ਸਿਹਤ ਦੀ ਰੱਖਿਆ ਕਰਨਾ ਇਹ ਵੀ ਇੱਕ ਜ਼ਰੂਰੀ ਮਦ ਮਾਦਾ ਜਿਹੜੀ ਇਸ ਦੇ ਵਿੱਚ ਸ਼ਾਮਲ ਆ ਵੀ ਜੇ ਆਪਾਂ ਪਾਣੀ ਵਰਤਣਾ ਆਪਾਂ ਪਾਣੀ ਉਸ ਅੱਧ ਤੱਕ ਹੀ ਵਰਤ ਸਕਦੇ ਆ ਵੀ ਜਿਹੜਾ ਨਦੀਆਂ ਤੇ ਧਰਾਵਾਦੀ ਸਿਹਤ ਨੂੰ ਖਤਰਾ ਨਾ ਪੈਦਾ ਕਰੇ ਤਾਂ ਕਿ ਵੀ ਉੱਥੇ ਜਿਹੜੇ ਜਲ ਜੀਵ ਰਹ ਰਹੇ ਆ ਜਾਂ ਵਾਤਾਵਰਨ ਆ ਜਿਹੜਾ ਉਹ ਸਿਹਤਮੰਦ ਰਹੇ ਸੋ ਇਸ ਦੇ ਲਈ ਜਿੰਨੇ ਵੀ ਹੁਣ ਨਵੇਂ ਪਾਣੀ ਦੇ ਸਬੰਧੀ ਫੈਸਲੇ ਲਈ ਜਾਂਦੇ ਆ ਉਹਨਾਂ ਦੇ ਵਿੱਚ এনवायरमेंटਲ ਫਲੋ ਨੀਡਸ ਨੂੰ ਈਐਫਐਨ ਕਹਿੰਦੇ ਨੇ ਜਿਹਨੂੰ ਵਿਚਾਰਿਆ ਜਾਂਦਾ ਜਿਸ ਨੂੰ ਕਿ ਆਪਾਂ ਜੇ ਉਹਦੀ ਡੈਫੀਨੀਸ਼ਨ ਦੇਣੀ ਹੋਵੇ ਤਾਂ ਉਸ ਨੂੰ ਇਹ ਕਹਿ ਸਕਦੇ ਹਾਂ ਕਿਸੇ ਨਿਯਤ ਸਮੇਂ ਤੇ ਨਦੀਆਂ ਜਾਂ ਤਰਾਵਾਂ ਵਿੱਚ ਸਚਾਰੂ ਜਲ ਜੀਵਨ ਵਾਤਾਵਰਣ ਦੇ ਲਈ ਲੋੜੀਂਦੀ ਜਲ ਮਾਤਰਾ ਜਲ ਦੀ ਪ੍ਰਵਾਹ ਨੂੰ ਟੁਕੀ ਮਾਤਰਾ ਨੂੰ ਅਸੀਂ এনवायरमेंटਲ ਫਲੋ ਨੀਡ ਕਹਿ ਦਿੰਦੇ ਆ ਜਦ ਸੰਖੇਪ ਰੂਪ ਵਿੱਚ ਵੀ ਜਿਹੜਾ ਕਿ ਉੱਥੇ ਦੇ ਜਲ ਜੀਵਨ ਖਾਤਰ ਘਟੂ ਘਟ ਪਾਣੀ ਦੀ ਮਿਕਦਾਰ ਜ਼ਰੂਰੀ ਆ ਉਹਨੂੰ এনवायरमेंटਲ ਫਲੋ ਨੀਡਸ ਕਿਹਾ ਜਾਂਦਾ ਹੈ ਸੋ ਪਾਣੀ ਦੀ ਵਰਤੋਂ ਦੇ ਪ੍ਰਬੰਧਨ ਲਈ ਨਵੇਂ ਤਰੀਕੇ ਵੀ ਅਸੀਂ ਸੋਚ ਰਹੇ ਆ ਦੋਨਾਂ ਖੇਤੀਬਾੜੀ ਮੰਤਰਾਲੇ ਵੱਲੋਂ ਵੀ ਤੇ ਜਲ ਭੂਮੀ ਅਤੇ ਕੁਦਰਤੀ ਸਰੋਤ ਪ੍ਰਬੰਧਨ ਮੰਤਰਾਲੇ ਵੱਲੋਂ ਵੀ ਇਹ ਨਵੇਂ-ਨਵੇਂ ਤਰੀਕੇ ਤੇ ਨਵੀਆਂ ਜਿਵੇਂ ਯੋਜਨਾਵਾਂ ਬਣਾਈ ਜਾ ਰਹੇ ਆ ਉਦਾਹਰਨ ਦੇ ਵਿੱਚੋਂ ਏ ਪਾਣੀ ਦੀ ਜਿਹੜੀ ਜਿੱਥੇ ਬਹੁਤ ਲਗਾਤਾਰ ਥੋੜਾ ਰਹੀ ਹੈ ਹਰ ਸਾਲ ਦੀ ਬਾਰ ਬਾਰ ਤਾਂ ਉੱਥੇ ਵਾਟਰ ਸਸਟੇਨੇਬਿਲਟੀ ਪਲਾਨਸ ਤਿਆਰ ਕੀਤੇ ਜਾ ਰਹੀਆਂ ਇਦਾਂ ਇੱਕ ਸਥਾਈ ਸੁਰੱਖਿਆ ਆਦੇਸ਼ ਆ ਜਿਹਨੂੰ ਟੈਂਪਰੇਰੀ ਪ੍ਰੋਟੈਕਸ਼ਨ ਆਰਡਰ ਕਹਿੰਦੇ ਆ ਉਹ ਵੀ ਲਾਗੂ ਕੀਤੇ ਜਾਂਦੇ ਆ ਜਦੋਂ ਕਿਸੇ ਵੀ ਏਰੀਆ ਦੇ ਜਾਂ ਵਾਟਰਸ਼ੈਡ ਦੇ ਵਿੱਚ ਪਾਣੀ ਦੀ ਬਹੁਤ ਜ਼ਿਆਦਾ ਥੋੜੋ ਹੋ ਜਾਂਦੀ ਹੈ ਤਾਂ ਤਾਂ ਕਿ ਉੱਥੋਂ ਦੇ ਜਲ ਜੀਵਨ ਨੂੰ ਬਚਾਇਆ ਜਾ ਸਕੇ ਸੋ ਡਬਲ ਯੂ ਐਸ ਆ ਦੀ ਪਾਣੀ ਦੇ ਅਧਿਕਾਰਾਂ ਦੀ ਗੱਲ ਕਰਦੇ ਆਪਾਂ ਹੁਣ ਸੋ ਇਹਦੇ ਵਿੱਚ ਜਿਹੜੇ ਪਾਣੀ ਵਰਤਣ ਲਈ ਆਪਾਂ ਨੂੰ ਲਾਇਸੈਂਸ ਮਿਲ ਜਾਂਦਾ ਲਾਇਸੈਂਸ ਨਾਲ ਸਾਨੂੰ ਕਿਹੜੇ ਕਿਹੜੇ ਅਧਿਕਾਰ ਮਿਲਦੇ ਹਨ ਸੋ ਇਹਦੇ ਵਿੱਚ ਸਭ ਤੋਂ ਪਹਿਲਾਂ ਤਿੰਨ ਗੱਲਾਂ ਹੁੰਦੀਆਂ ਵੀ ਪਾਣੀ ਦੀ ਬਕਤਾਰ ਮਿਕਸ ਸਾਨੂੰ ਦੱਸਤੀ ਜਾਂਦੀ ਵੀ ਤੁਸੀਂ ਇੰਨਾ ਪਾਣੀ ਵਰਤ ਸਕਦੇ ਆ ਇਸ ਪਾਣੀ ਨੂੰ ਤੁਸੀਂ ਕਿਸ ਉਦੇਸ਼ ਲਈ ਵਰਤ ਸਕਦੇ ਆ ਜਿਵੇਂ ਕਿ ਆਪਾਂ ਪਾਣੀ ਨੂੰ ਸਿੰਚਾਈ ਲਈ ਵਰਤ ਸਕਦੇ ਆ ਆਪਾਂ ਪਾਣੀ ਨੂੰ ਆਪਣੀ ਕਿਸੇ ਹੋਰ ਕੰਮ ਲਈ ਵਰਤ ਸਕਦੇ ਆ ਤੇ ਜਿਵੇਂ ਫਾਇਰ ਫਾਈਟਿੰਗ ਲਈ ਅੱਗ ਬੁਝਾਉਣ ਲਈ ਹੋ ਗਿਆ ਜਾਂ ਕਿਸੇ ਫੈਕਟਰੀ ਦੇ ਵਿੱਚ ਵਰਤਣ ਲਈ ਸੋ ਅੱਡ-ਅੱਡ ਉਦੇਸ਼ਾਂ ਦੇ ਲਈ ਵਰਤ ਸਕਦੇ ਆ ਸੋ ਇਸ ਦੇ ਨਾਲ ਇਹ ਵੀ ਪਾਣੀ ਕਦੋਂ ਕਿਹੜੇ ਸਮੇਂ ਦੌਰਾਨ ਵਰਤ ਸਕਦੇ ਆ ਜਿਵੇਂ ਪਾਣੀ ਸਿੰਚਾਈ ਲਈ ਪਾਣੀ ਦੇ ਲਾਇਸੈਂਸ ਲਗਭਗ ਅਪ੍ਰੈਲ ਤੋਂ ਸਤੰਬਰ ਤੱਕ ਦੇ ਹੁੰਦੇ ਆ ਸੋ ਇਸੇ ਤਰ੍ਹਾਂ ਲਾਇਸੈਂਸ ਜਿਉਂਦਾ ਘਰਾਂ ਵਿੱਚ ਇਹ ਵੀ ਸ਼ਾਮਿਲ ਆ ਕਿ ਆਪਾਂ ਪਾਣੀ ਵਰਤਣ ਲਈ ਕੋਈ ਪਾਈਪਾਂ ਵਿਛਾਉਣੀਆਂ ਜਾਂ ਆਪਾਂ ਬੋਰ ਕਰਾਉਣਾ ਸੋ ਉਹ ਆਪਾਂ ਵਰਕਸ ਦੇ ਵਿੱਚ ਆ ਜਾਂਦਾ ਤੇ ਉਹਨੂੰ ਆਪਾਂ ਕੰਮ ਦਾ ਨਿਰਮਾਣ ਕਹਿ ਸਕਦੇ ਆ ਕੰਮ ਦਾ ਨਿਰਮਾਣ ਕਰਨ ਦੀ ਇਜਾਜ਼ਤ ਮਿਲਦੀ ਆ ਤੇ ਉਹਦੇ ਰੱਖ-ਰਖਾਉ ਦੇ ਵੀ ਅਤੇ ਸੰਚਾਲਨ ਦੀ ਜਿਹੜੀ ਅਧਿਕਾਰ ਮਿਲ ਜਾਂਦੇ ਆ ਜਦੋਂ ਲਾਇਸੈਂਸ ਮਿਲ ਜਾਂਦਾ ਸੋ ਤੀਸਰਾ ਇਹਦੇ ਨਾਲ ਹੀ ਆ ਵੀ ਅਰਜ਼ੀਆਂ ਤੇ ਨੋਟਿਸ ਜਿਵੇਂ ਫੋਰ ਐਗਜ਼ਾਮਪਲ ਇਹਦੀ ਉਦਾਹਰਣ ਇਹ ਆ ਵੀ ਜੇ ਮੈਨੂੰ ਪਾਣੀ ਦਾ ਲਾਇਸੈਂਸ ਇਹ ਅਧਿਕਾਰ ਮਿਲਿਆ ਹੋਇਆ ਜੇ ਉਸੇ ਨੇੜੇ ਤੇੜੇ ਕੋਈ ਕ੍ਰੀਕ ਜਾਂ ਮੇਰੇ ਜਿੱਥੇ ਮੈਂ ਧਰਤੀ ਹੇਠਲਾ ਪਾਣੀ ਵਰਤ ਰਿਹਾ ਜੇ ਕੋਈ ਹੋਰ ਉੱਥੋਂ ਨਵਾਂ ਬਿਨਕਾਰਾ ਜਿਹੜਾ ਉਹ ਅਰਜੀ ਦਿੰਦਾ ਤਾਂ ਉਹਨੂੰ ਲਾਇਸੈਂਸ ਦੇਣ ਤੋਂ ਪਹਿਲਾਂ ਮੈਂ ਉਤੇ ਇਤਰਾਜ਼ ਉਠਾ ਸਕਦਾ ਵੀ ਇਹਨੂੰ ਪਾਣੀ ਦਿੱਤਾ ਜਾਵੇ ਕਿ ਨਾ ਦਿੱਤਾ ਜਾਵੇ ਸੋ ਡਬਲਯੂਐਸਏ ਦੀ ਅਧੀਨ ਜਿਹੜੇ ਪਾਣੀ ਦੇ ਲਾਇਸੈਂਸ ਆ ਉਹਨਾਂ ਦੇ ਵਿੱਚ ਇੱਕ ਹੋਰ ਜਿਹੜੀ ਇੰਪੋਰਟੈਂਟ ਗੱਲ ਹੁੰਦੀ ਹੈ ਉਹ ਹੈ ਤਰਜੀਹ ਦੀ ਮਿਤੀ ਯਾਨੀ ਜਿਹਨੂੰ ਕਿ ਫਿਟ ਫਰ ਕਿਹਾ ਜਾਂਦਾ ਫਰਸਟ ਇਨ ਟਾਈਮ ਫਰਸਟ ਇਨ ਰਾਈਟਸ ਸੋ ਪਾਣੀ ਦੇ ਕਾਟਦੇ ਸਮੇਂ ਪੁਰਾਣੀਆਂ ਤਰਜੀਹੀ ਤਰੀਕਾਂ ਵਾਲੇ ਲਾਇਸੈਂਸ ਧਾਰਕਾਂ ਨੂੰ ਵਧੇਰੇ ਜੂਨੀਅਰ ਲਾਇਸੈਂਸ ਧਾਰਕਾਂ ਆਵਤਾਰ ਤੇ ਤੋਂ ਪਹਿਲਾਂ ਦੀ ਪਾਣੀ ਦੀ ਵਰਤੋਂ ਕਰਨ ਦਾ ਅਧਿਕਾਰ ਹੁੰਦਾ ਹੈ ਹੁਣ ਜਿਵੇਂ ਤੁਸੀਂ ਇਹ ਜਿਹੜੀ ਫੋਟੋ ਹੈ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ 1971 ਦਾ ਇੱਕ ਲਾਇਸੈਂਸ ਇਹਦੇ ਕੋਲੇ ਜਿਹੜੀ ਡੇਟ ਆਫ ਪ੍ਰਾਇਓਰਟੀ 1971 ਆ ਇੱਕ ਇਹ ਲਾਇਸੈਂਸ ਆ ਜਿਹਦੀ ਡੇਟ ਆਫ ਪ੍ਰਾਇਓਰਟੀ 1912 ਇੱਕ ਇਹ ਲਾਇਸੈਂਸ ਆ 2003 ਤੇ ਇੱਕ ਇਹ 1969 ਸੋ ਜੇ ਇਸ ਫਿਟ ਫਾਰ ਲਾਗੂ ਕਰੀਏ ਤਾਂ ਸਭ ਤੋਂ ਪਹਿਲਾਂ 2003 ਵਾਲੇ ਨੂੰ ਪਾਣੀ ਵਰਤਨ ਤੋਂ ਮਨਾਹੀ ਹੋਊਗੀ ਜੇ ਪਾਣੀ ਦੀ ਥੋੜਾ ਜੰਦੀ ਆ ਉਸ ਤੋਂ ਬਾਅਦ 1971 ਵਾਲੇ ਨੂੰ ਪਾਣੀ ਦੀ ਮਨਾਹੀ ਹੋਊਗੀ ਸੋ ਤੁਸੀਂ ਦੇਖ ਸਕਦੇ ਹੋ ਤਿੰਨੇ ਕ੍ਰੀਕ ਤੋਂ ਪਾਣੀ ਲੈ ਰਹੇ ਆ ਜਦਕਿ ਇਹ ਬੋਰ ਤੋਂ ਪਾਣੀ ਲੈ ਰਹੇ ਆ ਸੋ ਚਾਹੇ ਧਰਤੀ ਹੇਠੋਂ ਪਾਣੀ ਲੈ ਰਹੇ ਆ ਚਾਹੇ ਧਰਤੀ ਉੱਪਰ ਦੇ ਸਥਿ ਪਾਣੀ ਲੈ ਰਹੇ ਆ ਪਰੰਤੂ ਇਹ ਦ ਹੁੰਦਾ ਸੋ ਇਹ ਕਿਉਂਕਿ ਇੱਕ ਵਾਟਰਸ਼ੈਡ ਹੈ ਇਹ ਸਾਰੇ ਆਪਸ ਦੇ ਵਿੱਚ ਜੁੜੇ ਹੋਏ ਹਨ ਸੋ ਜਿਹੜਾ 1912 ਵਾਲਾ ਲਾਇਸੈਂਸ ਧਾਰਕਾ ਉਸ ਨੂੰ ਸਭ ਤੋਂ ਅੰਤ ਦੇ ਵਿੱਚ ਰੋਕਿਆ ਜਾਊਗਾ ਸੋ ਇਸ ਦੇ ਨਾਲ ਹੀ ਤਜਹੀ ਮਿਤੀ ਦੇ ਵਿੱਚ ਨਾਲ ਦੂਸਰੀ ਗੱਲ ਜੁੜੀ ਹੋਈ ਕਿ ਇਸ ਵਿੱਚ ਸਤਹ ਪਾਣੀ ਤੇ ਇਸ ਨਾਲ ਜੁੜੇ ਧਰਤੀ ਹੇਠਲੇ ਪਾਣੀ ਦੇ ਲਾਇਸੈਂਸ ਸ਼ਾਮਿਲ ਹਨ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ ਵਾਹ ਇਹ ਪਰਿਥੀ ਗੱਲ ਧਿਆਨ ਰੋਗ ਹੈ ਵੀ ਵਾਟਰ ਲਾਇਸੈਂਸ ਤੁਹਾਨੂੰ ਪਾਣੀ ਨੂੰ ਵਰਤਣ ਦੇ ਅਧਿਕਾਰ ਦਿੰਦਾ ਪਰੰਤੂ ਇਹ ਗੱਲ ਯਕੀਨੀ ਨਹੀਂ ਬਣਾਉਂਦਾ ਵੀ ਤੁਹਾਨੂੰ ਪਾਣੀ ਹਮੇਸ਼ਾ ਉਪਲਬਧ ਰਹੇਗਾ ਕਿਉਂਕਿ ਜੇ ਸੋਕਾ ਪੈ ਗਿਆ ਤੇ ਜੇ ਧਰਤੀ ਹੇਠਲੇ ਪਾਣੀ ਦੇ ਵਿੱਚ ਬਹੁਤ ਘਰਾਬਟਾ ਗਈ ਜਾਂ ਜਿਹੜੀ ਸਾਡੀ ਧਾਰਾ ਹੈ ਜਾਂ ਨਦੀ ਜਾਂ ਨਾਲਾ ਹੈ ਜਾਂ ਝੀਲ ਆ ਉਹਦੇ ਵਿੱਚ ਪਾਣੀ ਬਹੁਤ ਘਟ ਗਿਆ ਤਾਂ ਉੱਥੋਂ ਪਾਣੀ ਵਰਤਤ ਤੁਹਾਨੂੰ ਮਨਾ ਕੀਤਾ ਜਾ ਸਕਦਾ ਸੋ ਲਾਇਸੈਂਸ ਮਿਲਣਾ ਇਸ ਗੱਲ ਦੀ ਤੁਹਾਨੂੰ ਯਕੀਨੀ ਨਹੀਂ ਹੈ ਵੀ ਤੁਹਾਨੂੰ ਪਾਣੀ ਹਮੇਸ਼ਾ ਮਿਲਦਾ ਰਹੂਗਾ ਸੋ ਹੁਣ ਗੱਲ ਕਰਦੇ ਆ ਪਾਣੀ ਦੀ ਅਣਅਧਿਕਾਰਤ ਵਰਤੋਂ ਜਾਨੀ ਕਿ ਲਾਇਸੈਂਸ ਤੋਂ ਬਿਨਾ ਪਾਣੀ ਦੀ ਵਰਤੋਂ ਦੇ ਕੀ ਆਪਾਂ ਨੂੰ ਨਤੀਜੇ ਭੁਗਤਨੇ ਪੈ ਸਕਦੇ ਆ ਸੋ ਸਭ ਤੋਂ ਪਹਿਲਾਂ ਜੇਕਰ ਤੁਹਾਡੀ ਪਛਾਣ ਇੱਕ ਅਣਅਧਿਕਾਰਤ ਵਰਤੋਂਕਾਰ ਵਜੋਂ ਹੋਈ ਹੈ ਜਾਂ ਜੇਕਰ ਤੁਹਾਨੂੰ ਸ਼ੱਕ ਹੈ ਕਿ ਤੁਸੀਂ ਇੱਕ ਅਣਅਧਿਕਾਰਤ ਵਰਤੋਂਕਾਰ ਹੋ ਅਣਅਧਿਕਾਰਤ ਵਰਤੋਂਕਾਰ ਉਹ ਆ ਜਿਹਦੇ ਕੋਲ ਲਾਇਸੈਂਸ ਨਹੀਂ ਹੈ ਤਾਂ ਤੁਹਾਨੂੰ ਇਹ ਕਰਨ ਦੀ ਲੋੜ ਹੈ ਸਭ ਤੋਂ ਪਹਿਲਾਂ ਵੀ ਜਿਹੜਾ ਤੁਸੀਂ ਬਿਨਾ ਕਿਸੇ ਅਧਿਕਾਰ ਤੋਂ ਪਾਣੀ ਵਰਤ ਰਹੇ ਹੋ ਉਹਨੂੰ ਬੰਦ ਕਰ ਦਿਓ ਨੰਬਰ 2 ਤੇ ਜੇ ਤੁਸੀਂ ਪਾਣੀ ਦੇ ਅਧਿਕਾਰ ਲਈ ਅਰਜੀ ਦੇਣੀ ਚਾਹੀਦੀ ਹੈ ਸੋ ਪਾਣੀ ਦੇ ਅਧਿਕਾਰ ਲਈ ਅਰਜੀ ਦੇਣ ਲਈ ਤੁਹਾਨੂੰ ਫਰੰਟ ਕਾਊਂਟਰ ਬੀਸੀ ਦੇ ਨਾਲ ਸੰਪਰਕ ਕਰਨਾ ਚਾਹੀਦਾ ਹੈ ਉਹਦੀ ਸਹਾਇਤਾ ਤੇ ਮਾਰਗਦਰਸ਼ਨ ਤੁਸੀਂ ਲੈ ਸਕਦੇ ਹੋ ਤੇ ਇਕ ਨਵੇਂ ਤੋਂ ਉਚਾਵਾ ਜੋ ਵਾਟਰ ਲਾਇਸੈਂਸ ਲਈ ਅਰਜ਼ੀ ਦਿਓ ਤੇ ਉਸ ਤੋਂ ਬਾਅਦ ਤੁਹਾਡੀ ਉੱਥੇ ਪਾਣੀ ਦੀ ਉਪਲਬਧਤਾ ਦੇਖ ਕੇ ਉੱਥੇ ਕਿੰਨਾ ਪਾਣੀ ਹੈ ਤੇ ਉੱਥੇ ਪਹਿਲਾਂ ਕਿੰਨੇ ਲਾਇਸੈਂਸ ਹਨ ਉਸ ਦੇ ਆਧਾਰ ਤੇ ਤੁਹਾਨੂੰ ਪਾਣੀ ਜਾਨੀ ਕਿ ਦਾ ਲਾਇਸ ਅਧਿਕਾਰ ਜਾਂ ਲਾਇਸੈਂਸ ਮਿਲ ਵੀ ਸਕਦਾ ਹੈ ਤੇ ਨਹੀਂ ਵੀ ਮਿਲ ਸਕਦਾ ਸੋ ਪਹਿਲਾਂ ਤੋਂ ਜ਼ਮੀਨੀ ਪਾਣੀ ਵਰਤਣ ਵਾਲੇ ਜਿਹੜੀ ਮੌਜੂਦਾ ਉਪਭੋਗਤਾ ਜਿਹੜੇ ਨੂੰ ਕਿ ਇੰਗਲਿਸ਼ ਦੇ ਵਿੱਚ ਐਗਜ਼ਿਸਟਿੰਗ ਗਰਾਊਂਡ ਵਾਟਰ ਯੂਜ਼ਰ ਵਜੋਂ ਜਾਣਿਆ ਜਾਂਦਾ ਵੱਲੋਂ ਅਰਜੀ ਦੇਣ ਦੀ ਮਿਆਦ ਸੀ ਜਿਹੜੀ 28 ਫਰਵਰੀ 2022 ਨੂੰ ਸਮਾਪਤ ਹੋ ਚੁੱਕੀ ਹੈ ਸੋ ਜਦੋਂ 2 2016 ਦੇ ਵਿੱਚ ਵਾਟਰ ਸਸਟੇਨੇਬਿਲਟੀ ਐਕਟ ਲਾਗੂ ਹੋਇਆ ਤਾਂ ਉਸ ਤੋਂ ਬਾਅਦ ਜਿਹੜਾ ਧਰਤੀ ਹੇਠਲੇ ਪਾਣੀ ਨੂੰ ਵਰਤਣ ਲਈ ਵੀ ਤੁਹਾਨੂੰ ਲਾਇਸੈਂਸ ਅਧਿਕਾਰ ਲੈਣਾ ਜ਼ਰੂਰੀ ਬਣਾਤਾ ਗਿਆ ਸੋ ਉਸ ਦੇ ਬਾਅਦ ਤੇ ਇੱਕ ਖੁੱਲੀ ਵਿੰਡੋ ਰੱਖੀ ਗਈ ਸੀ ਵੀ ਜਿਹੜੇ ਪਹਿਲਾਂ ਤੋਂ ਆਪਣੇ ਪਿਛਲੇ 5-10 2016 ਤੋਂ ਪਹਿਲਾਂ ਪਾਣੀ ਧਰਤੀ ਹੇਠਲਾ ਵਰਤ ਰਹੇ ਸੀ ਤਾਂ ਉਹਨਾਂ ਨੂੰ ਅਸੀਂ ਮੌਜੂਦਾ ਉਪਭੋਗਤਾ ਜਾਂ ਐਗਜ਼ਿਸਟਿੰਗ ਗਰਾਊਂਡ ਵਾਟਰ ਯੂਜ਼ਰ ਦੀ ਨਾਂ ਦੇ ਦਿੱਤਾ ਤੇ ਉਹਨਾਂ ਨੂੰ ਕਿਹਾ ਵੀ ਤੁਸੀਂ 28 ਫਰਵਰੀ 2022 ਤੱਕ ਅਰਜ਼ੀ ਦੇ ਦੋਗੇ ਤਾਂ ਤੁਹਾਨੂੰ ਜਿਹੜੇ ਪ੍ਰਾਣੇ ਅਧਿਕਾਰ ਆ ਉਹ ਸੌਖੇ ਮਿਲ ਸਕਦੇ ਆ ਤਾਂ ਉਹ ਜਿਹੜੀ ਮਿਤੀ ਸੀਗੀ ਉਹ ਕਿਉਂਕਿ ਖਤਮ ਹੋ ਚੁੱਕੀ ਆ ਪਰ ਹੁਣ ਤੁਸੀਂ ਮੌਜੂਦਾ ਉਪਭੋਗਤਾ ਜਾਂ ਪਹਿਲਾਂ ਤੋਂ ਪਾਣੀ ਵਰਤਣ ਵਾਲੇ ਦੇ ਤੌਰ ਤੇ ਤੁਸੀਂ ਹੁਣ ਅਰਜੀ ਨਹੀਂ ਦੇ ਸਕਦੇ ਪਹਿਲਾਂ ਤੋਂ ਜ਼ਮੀਨੀ ਪਾਣੀ ਦੀ ਵਰਤੋਂ ਵਾਲੇ ਬਿਨੈਕਾਰ ਜਾਨੀ ਕਿ ਮੌਜੂਦਾ ਉਪਭੋਗਤਾਵਾਂ ਨੂੰ ਉਹਨਾਂ ਦੀ ਅਰਜੀ ਤੇ ਫੈਸਲਾ ਹੋਣ ਤੱਕ ਪਾਣੀ ਦੀ ਮੌਜੂਦਾ ਵਰਤੋਂ ਨੂੰ ਜਾਰੀ ਰੱਖਣ ਦਾ ਅਧਿਕਾਰ ਹੈ ਸੋ ਇਸ ਤੋਂ ਬਾਅਦ ਹੈ ਵੀ ਧਰਤੀ ਹੇਠਲੇ ਪਾਣੀ ਦੀ ਵਰਤੋਂ ਕਰਨ ਵਾਲਿਆਂ ਦੀਆਂ ਨਵੀਆਂ ਅਰਜ਼ੀਆਂ ਦੇ ਬਿਨੈਕਾਰ ਜਿਨ੍ਹਾਂ ਨੇ ਜਾਨੀ ਕਿ 28 ਫਰਵਰੀ 2022 ਤੱਕ ਧਰਤੀ ਹੇਠਲੇ ਪਾਣੀ ਦੀ ਵਰਤੋਂ ਜੋ ਪਹਿਲਾਂ ਤੋਂ ਕਰਦੇ ਆ ਰਹੇ ਸੀ ਉਹਨਾਂ ਨੇ ਅਰਜੀ ਨਹੀਂ ਦਿੱਤੀ ਕਾਇਸ ਤੋਂ ਬਾਅਦ ਕਰਾਈ ਹੈ ਤਾਂ ਉਹਨਾਂ ਨੂੰ ਵਰਤੋਂ ਤੱਕ ਪਾਣੀ ਦੀ ਵਰਤੋਂ ਕਰਨ ਦਾ ਤੇ ਢੇਰਲੇ ਪਾਣੀ ਦੀ ਵਰਤੋਂ ਕਰਨ ਦਾ ਕੋਈ ਅਧਿਕਾਰ ਨਹੀਂ ਜਦੋਂ ਤੱਕ ਉਹਨਾਂ ਨੂੰ ਲਾਇਸੈਂਸ ਜਾਂ ਅਧਿਕਾਰ ਨਹੀਂ ਮਿਲ ਜਾਂਦਾ ਵਾਟਰ ਲਾਇਸੈਂਸ ਦੀ ਅਰਜੀ ਇਸ ਗੱਲ ਦੀ ਗਰੰਟੀ ਨਹੀਂ ਹੈ ਕਿ ਵਾਟਰ ਲਾਇਸੈਂਸ ਪੱਕਾ ਹੀ ਜਾਰੀ ਕੀਤਾ ਜਾਵੇਗਾ ਸੋ ਵਾਟਰ ਸਸਟੇਨੇਬਿਲਟੀ ਦੇ ਐਕਟ ਦੇ ਵਿੱਚ ਹੀ ਅਧੀਨ ਹੀ ਜਨਨਿਕ ਵਾਟਰ ਸਸਟੇਨੇਬਿਲਟੀ ਦੇ ਅਧੀਨ ਪ੍ਰਸ਼ਾਸਨਿਕ ਜੁਰਮਾਨੇ ਰੈਗੂਲੇਸ਼ਨ ਵੀ ਹੈ ਸੋ ਉਸ ਦੇ ਤਹਿਤ ਪਿੱਛੇ ਜੇ ਆਪਣਾ 12 ਜਨਵਰੀ 2024 ਨੂੰ ਕੁਝ ਨਵੇਂ ਜੁਰਮਾਨੇ ਤਾਇਦ ਕੀਤੇ ਗਏ ਸੋ WSA ਦੀ ਲੰਘਣਾ ਜਾਂ ਗੈਰ ਪਾਲਣਾ ਦੀ ਇੱਕ ਨਵੀਂ ਕਿਸਮ ਦਾ ਵਿੱਤੀ ਜੁਰਮਾਨਾ ਲਾਗੂ ਕੀਤਾ ਗਿਆ ਹੈ ਇਸ ਜੁਰਮਾਨੇ ਦੀਆਂ ਦੋ ਸ਼੍ਰੇਣੀਆਂ ਹਨ ਪਾਣੀ ਦੀ ਅਧਿਕਾਰਤ ਵਰਤੋਂ ਜਾਂ ਅਧਿਕਾਰਤ ਕੰਮਾਂ ਨੂੰ ਨੁਕਸਾਨ ਪਹੁੰਚਾਉਣਾ ਸੋ ਪਾ ਬਿਨਾ ਤੁਸੀਂ ਕਿਸੇ ਅਧਿਕਾਰ ਜਾਂ ਲਾਇਸੈਂਸ ਤੁਝੇ ਪਾਣੀ ਵਰਤੂਗੇ ਜਾਂ ਜੇ ਕਿਸੇ ਕੋਲੇ ਲਾਇਸੈਂਸ ਹੈਗਾ ਜਾਂ ਉਹ ਉਹ ਉਹਨੇ ਉਹਦੇ ਖਾਤਰ ਕੋਈ ਆਪਣਾ ਕੰਮ ਕੀਤਾ ਬੋਰ ਕੀਤਾ ਹੋਇਆ ਜਾਂ ਕਿਤੇ ਪਾਣੀ ਡਿਵਰਟ ਕਰਨ ਲਈ ਪਾਈਪਾਂ ਵਿਚਾਲੀਆਂ ਹੋਈਆਂ ਜੇ ਉਹਨਾਂ ਨੂੰ ਕੋਈ ਨੁਕਸਾਨ ਪਹਜਾਉਂਗੇ ਤਾਂ ਤੁਹਾਨੂੰ ਵੱਧ ਤੋਂ ਵੱਧ 10 ਲੱਖ ਤੱਕ ਦਾ ਜੁਰਮਾਨਾ ਹੋ ਸਕਦਾ ਜਣਿਕੇ ਸੋ ਇਦਾਂ ਹੀ ਇਹ ਹੈ ਵੀ ਨੇ 1 ਲੱਖ ਤੱਕ ਦਾ ਜੁਰਮਾਨਾ ਹੋ ਸਕਦਾ ਹੈ ਸੋ ਇਦਾਂ ਹੀ ਜੇ ਨਾਲ ਹੀ ਦੂਸਰੀ ਜਿਹੜੀ ਧਾਰਾ ਹੈਗੀ ਉਹਦੇ ਵਿੱਚ ਮੱਛੀ ਆਬਾਦੀ ਸੁਰੱਖਿਆ ਆਦੇਸ਼ ਦੀ ਲੰਘਣਾ ਸੋ ਇਹ ਹੁੰਦਾ ਵੀ ਜੇ ਮੱਛੀਆਂ ਦੀ ਜਾਨ ਨੂੰ ਖਤਰਾ ਹੋ ਗਿਆ ਕਿਸੇ ਕ੍ਰੀਕ ਦੇ ਵਿੱਚ ਤੇ ਉੱਥੇ ਤੁਹਾਨੂੰ ਪਾਣੀ ਵਰਤਨ ਤੇ ਮਨਾਈ ਹੈ ਤੇ ਤੁਸੀਂ ਪਾਣੀ ਵਰਤਨ ਤੋਂ ਨਹੀਂ ਹਟਦੇ ਤਾਂ ਉਸ ਨੂੰ ਉਸ ਮੱਛੀ ਆਬਾਦੀ ਸੁਰੱਖਿਆ ਆਦੇਸ਼ ਦੀ ਲੰਘਣਾ ਮੰਨਿਆ ਜਾਊਗਾ ਇਦਾਂ ਹੀ ਵਿਦੇਸ਼ੀ ਪਦਾਰਥ ਨੂੰ ਧਾਰਾ ਵਿੱਚ ਸ਼ਾਮਲ ਸ਼ਾਮਲ ਕਰਨਾ ਇਹ ਆ ਵੀ ਜੇ ਕੋਈ ਆਪਣਾ ਬਹੁਤ ਸੋਨਾ ਪਾਣੀ ਵਗ ਰਿਹਾ ਕਿਤੇ ਜਾਂ ਕੋਈ ਝੀਲ ਜਾਂ ਨਦੀ ਨਾਲੇ ਦੇ ਵਿੱਚ ਜੇ ਆਪਾਂ ਉਹਦੇ ਵਿੱਚ ਕੋਈ ਇਤਨਾਂ ਪਦਾਰਥ ਮਿਲਾ ਦਿੰਨੇ ਜਿਹੜਾ ਕਿ ਉਹਨੂੰ ਦੂਸ਼ਿਤ ਕਰ ਰਿਹਾ ਹੈ ਤਾਂ ਉਹ ਇਸ ਦੂਸਰੀ ਧਾਰਾ ਦੇ ਵਿੱਚ ਆਊਗਾ ਤੇ ਇਸ ਲਈ ਵੱਧ ਤੋਂ ਵੱਧ 5 ਲੱਖ ਤੱਕ ਜੁਰਮਾਨਾ ਹੋ ਸਕਦਾ 5 ਲੱਖ ਡਾਲਰ ਤੱਕ ਦਾ ਜੁਰਮਾਨਾ ਹੋ ਸਕਦਾ ਸੋ WSA ਦੇ ਤਹਿਤ ਜੁਰਮਤ ਜੋ ਪਰਚਾ ਦਰਜ ਕਰਨ ਦਾ ਵਿਕਲਪ ਵੀ ਸ਼ਾਮਲ ਕਰ ਲਿਆ ਗਿਆ ਹੈ ਜਿਸ ਦੇ ਨਤੀਜੇ ਵੱਲੋਂ 10 ਲੱਖ ਯਾਨੀ ਕਿ 1 ਮਿਲੀਅਨ ਡਾਲਰ ਤੱਕ ਦਾ ਜੁਰਮਾਨਾ ਹੋ ਸਕਦਾ ਜਾਂ ਕੈਦ ਹੋ ਸਕਦੀ ਹੈ ਇੱਕ ਇਥੇ ਗੱਲ ਧਿਆਨ ਰੱਖਣ ਵਾਲੀ ਵੀ ਉਪਰੋਕਤ ਜਵਾਨੇ ਕੇਵਲ ਨਿਯਮ ਦੀ ਪ੍ਰਭਾਵੀ ਮਿਤੀ ਜਿਹੜੀ ਕਿ 12 ਜਨਵਰੀ 2024 ਤੋਂ ਬਾਅਦ ਕੀਤੀਆਂ ਉਲੰਘਣਾਵਾਂ ਤੇ ਹੀ ਲਾਗੂ ਹੁੰਦੇ ਹਨ ਸੋ ਆਪਾਂ ਨੂੰ ਬਹੁਤ ਧਿਆਨ ਦੇਣ ਦੀ ਲੋੜ ਆ ਵੀ ਆਪਾਂ ਅਣਅਧਿਕਾਰਤ ਪਾਣੀ ਦੀ ਵਰਤੋਂ ਨਾ ਕਰੀਏ ਪਾਣੀ ਦੇ ਸਰੋਤਾਂ ਨੂੰ ਦੂਸ਼ਿਤ ਨਾ ਕਰੀਏ ਤੇ ਜੇਕਰ ਇਸ ਤਰ੍ਹਾਂ ਆਪਾਂ ਫੜੇ ਗਏ ਤਾਂ ਸਾਨੂੰ ਬਹੁਤ ਭਾਰੇ ਜੁਰਮਾਨੇ ਦੇਨੇ ਪੈ ਸਕਦੇ ਆ ਤੇ ਜਿਸ ਤੱਕ ਸਾਨੂੰ ਬਹੁਤ ਖਮਿਆਜਾ ਭੁਗਤਣਾ ਪੈ ਸਕਦਾ ਸਜ਼ਾ ਵੀ ਹੋ ਸਕਦੀ ਆ ਸੋ ਆਓ ਹੁਣ ਗੱਲ ਕਰਦੇ ਹਾਂ ਸੋਕੇ ਦੀ ਸਬਾਈ ਯੋਜਨਾ ਦੀ ਸੋ ਸੋਕੇ ਦੀ ਸਬਾਈ ਯੋਜਨਾ ਦੇ ਵਿੱਚ ਜਿਹੜੇ ਪਾਣੀ ਦੇ 0 ਤੋਂ ਲੈ ਕੇ 5 ਤੱਕ ਦੇ 6 ਪੱਧਰ ਤੈਅ ਕੀਤੇ ਜਾਂਦੇ ਹਨ ਜਿਨ੍ਹਾਂ ਦੇ ਵਿੱਚ ਕੀ ਕੀ ਅਸਰ ਹਨ ਤੇ ਉਹਨਾਂ ਦੇ ਗਾਂ ਕੀ ਉਪਾਅ ਹਨ ਉਹ ਇਸ ਟੇਬਲ ਦੇ ਵਿੱਚ ਦਿਖਾਏ ਗਏ ਹਨ ਇਹ ਜਿਹੜੇ ਪਾਣੀ ਦੇ ਪੱਧਰ ਤੈਅ ਕੀਤੇ ਜਾਂਦੇ ਹਨ ਇਹ ਬ੍ਰਿਟਿਸ਼ ਕੋਲੰਬੀਆ ਸੋਕਾ ਤੇ ਪਾਣੀ ਦੀ ਕਮੀ ਦੀ ਪ੍ਰਤੀਕਿਰਿਆ ਯੋਜਨਾ ਜਾਨੀ ਕਿ ਬ੍ਰਿਟਿਸ਼ ਕੋਲੰਬੀਆ ਡਰਾਊਟ ਐਂਡ ਵਾਟਰ ਸਕਰਸਟੀ ਰਿਸਪੌਂਸ ਪਲਾਨ ਦੇ ਆਧਾਰ ਤੇ ਕੀਤੇ ਜਾਂਦੇ ਹਨ ਸੋ ਸੋ ਮੌਸਮ ਦਰਾਂ ਮੌਸਮ ਦਰਾਂ ਸੁੱਕੇ ਦੇ ਪੱਧਰ ਨੂੰ ਸੋਕਾ ਜਾਣਕਾਰੀ ਪੋਰਟਲ ਬੀਸੀ ਤੋਂ ਜਨ ਤੱਕ ਕੀਤਾ ਜਾਂਦਾ ਹੈ ਸੋ ਇਹਦੇ ਵਾਸਤੇ ਕੀ ਹੁੰਦਾ ਜਦੋਂ ਇਹ ਪੱਧਰ ਤੈਅ ਕਰਦੇ ਆ ਉਹਦੇ ਵਾਸਤੇ ਦੋ ਚੀਜ਼ਾਂ ਦਾ ਧਿਆਨ ਰੱਖਿਆ ਜਾਂਦਾ ਇੱਕ ਤਾਂ ਵੀ 30 ਦਿਨ ਦੇ ਵਿੱਚ ਕਿੰਨਾ ਮੀਂਹ ਪਿਆ ਤਾਂ ਪਿਛਲੇ 7 ਦਿਨ ਦੇ ਵਿੱਚ ਜਿਹੜੀਆਂ ਆਪਣੀਆਂ ਧਰਾਵਾਂ ਸੀ ਨਦੀ ਨਾਲੇ ਸੀ ਉਹਨਾਂ ਦੇ ਵਿੱਚ ਪਾਣੀ ਦਾ ਪ੍ਰਵਾਹ ਕਿੰਨਾ ਰਿਹਾ ਇਸ ਤੋਂ ਇਲਾਵਾ ਜਣੀ ਇਹ ਵੀ ਧਿਆਨ ਦੇ ਵਿੱਚ ਰੱਖਿਆ ਜਾਂਦਾ ਕਿ ਜਿਹੜੇ ਉਹਨਾਂ ਨਦੀ ਨਾਲਿਆਂ ਜਾਂ ਝੀਲਾਂ ਦੇ ਨਾਲ ਜੁੜੇ ਹੋਏ ਸਾਡੇ ਪਾਣੀ ਦੇ ਪੱਤਣਾਂ ਜਾਨੀ ਕਿ ਜਿਨ੍ਹਾਂ ਨੂੰ ਕੁਫਰਸ ਕਹਿੰਦੇ ਆ ਉਹਨਾਂ ਦੇ ਵਿੱਚ ਜਮੀਨ ਹੇਠਲੇ ਪਾਣੀ ਦੇ ਪੱਧਰ ਦੇ ਵਿੱਚ ਕੋਈ ਬਹੁਤੀ ਜਿਆਦਾ ਗ੍ਰੈਵਿਟੀ ਨਹੀਂ ਆਈ ਜਾਂ ਜਿਹੜੇ ਨਦੀਆਂ ਦੇ ਵਿੱਚ ਜਿਹੜਾ ਪਾਣੀ ਵਗ ਰਿਹਾ ਤਰਾਵਾਂ ਦੇ ਵਿੱਚ ਵੀ ਉਹਦਾ ਤਾਪਮਾਨ ਹੈ ਜਿਹੜਾ ਬਹੁਤ ਜ਼ਿਆਦਾ ਤਾਂ ਨਹੀਂ ਵੱਧ ਗਿਆ ਸੋ ਇਹਨਾਂ ਸਾਰੀਆਂ ਗੱਲਾਂ ਨੂੰ ਦੇਖ ਕੇ ਮੱਦੇਨਜ਼ਰ ਰੱਖਦੇ ਹੋਏ ਪਰ ਇਹ ਜਿਹੜੇ ਅੱਡ ਅੱਡ ਡਰਾਉਟ ਲੈਵਲ ਤੈਅ ਕੀਤੇ ਜਾਂਦੇ ਆ ਤੇ ਇਹਨਾਂ ਦੇ ਵਿੱਚ ਜਿਵੇਂ ਤੁਸੀਂ ਪਹਿਲੇ ਜ਼ੀਰੋ ਡਰਾਉਟ ਲੈਵਲ ਆ ਸਮਾਜਿਕ ਆਰਥਿਕ ਤੇ ਵਾਤਾਵਰਣ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਕਾਫੀ ਪਾਣੀ ਹੈ ਸੋ ਇਸ ਸਮੇਂ ਦੌਰਾਨ ਜਿਵੇਂ ਆਪਾਂ ਤਿਆਰੀ ਕਰ ਸਕਦੇ ਹਾਂ ਵੀ ਆਉਣ ਵਾਲੇ ਸਮੇਂ ਜੇ ਘਾਟ ਹੋ ਗਈ ਤਾਂ ਕੀ ਕਰ ਸਕਦੇ ਆ ਜਦੋਂ ਇਹ ਸਮਾਜਿਕ ਆਰਥਿਕ ਜਾਂ ਵਾਤਾਵਰਣ ਤੇ ਪ੍ਰਭਾਵ ਦਾ ਬਰਾਬਰ ਹੋਣ ਲੱਗ ਆਪਾਂ ਲੱਗੇ ਵੀ ਨਾ ਦੇ ਬਰਾਬਰ ਆ ਪਰ ਕਾਫੀ ਨਹੀਂ ਹੈ ਤਾਂ ਸਾਨੂੰ ਚਾਹੀਦਾ ਕਿ ਪਾਣੀ ਦੀ ਸੰਭਾਲ ਲਈ ਕਦਮ ਉਠਾਈ ਜਾਣ ਇਦਾਂ ਹੀ ਜਦੋਂ ਇਹਨਾਂ ਮਾੜੇ ਪ੍ਰਭਾਵਾਂ ਦੀ ਸੰਭਾਵਨਾ ਸਾਨੂੰ ਥੋੜੀ ਬਹੁਤੀ ਦਿਖਣ ਲੱਗ ਜਾਂਦੀ ਹੈ ਤਾਂ ਆਪਾਂ ਨੂੰ ਚਾਹੀਦਾ ਇਹ ਸੰਭਾਲ ਦੇ ਨਾਲ ਜਿੱਥੇ ਲੋੜ ਹੋ ਸਕੇ ਪਾਣੀ ਦੇ ਸਾਤ ਸਾਨਕ ਪਵੰਦੀ ਹੈ ਜਿਹੜੀ ਉਹ ਉਚਿਤ ਹੋ ਸਕਦੀ ਹੈ ਸੋ ਜਿੱਥੇ ਆਪਾਂ ਨੂੰ ਲੱਗਦਾ ਵੀ ਸੰਭਾਵਨਾ ਕਾਫੀ ਹੋ ਸਕਦੀ ਹੈ ਮਾੜੇ ਪ੍ਰਭਾਵਾਂ ਦੀ ਤੇ ਉੱਥੇ ਆਪਾਂ ਇਹਦੀ ਸੰਭਾਲ ਦੇ ਨਾਲ ਪਾਣੀ ਦੀਆਂ ਸਥਾਨਕ ਪਾਬੰਦੀਆਂ ਦੀ ਸੰਭਾਵਨਾ ਵੀ ਵੱਧ ਜਾਂਦੀ ਆ। ਸੋ ਜਦੋਂ ਡਰਾਉਟ ਲੈਵਲ 4 ਤੇ ਆ ਜਾਂਦੇ ਆ ਜਿੱਥੇ ਕਿ ਸਮਾਜਿਕ ਆਰਥਿਕ ਜਾਂ ਵਾਤਾਵਰਣ ਬੁਲੰਾ ਤੇ ਮਾੜੇ ਪ੍ਰਭਾਵਾਂ ਦੀ ਸੰਭਾਵਨਾ ਹੁੰਦੀ ਹੈ ਜਨਨ ਕਿ ਪੱਕੀ ਹੁੰਦੀ ਆ। ਸੋ ਉਹਨਾਂ ਹਾਲਾਤਾਂ ਦੇ ਵਿੱਚ ਸੰਭਾਲ ਤੇ ਸਥਾਨਕ ਪਾਣੀ ਦੀ ਪਾਬੰਦੀ ਦੇ ਨਾਲ ਨਾਲ ਨਿਰੰਤਰ ਲਈ ਕਾਰਵਾਈ ਵੀ ਸੰਭਵ ਹੋ ਜਾਂਦੀ ਆ। ਜਿਹੜਾ ਸਭ ਤੋਂ ਟਾਪ ਦਾ ਲੈਵਲ ਆ ਸਭ ਤੋਂ ਸਿਖਰਲਾ ਲੈਵਲ ਆ ਉਹ ਹੈਗਾ ਸਮਾਜਿਕ ਆਰਥਿਕ ਜਾਂ ਵਾਤਾਵਰਨ ਬੁੱਲਾਂ ਤੇ ਮਾੜੇ ਪ੍ਰਭਾਵ ਲਗਭਗ ਨਿਸ਼ਚਿਤ ਹਨ ਸੋ ਸਾਨੂੰ ਪਤਾ ਲੱਗ ਜਾਂਦਾ ਵੀ ਸਮਾਜਿਕ ਆਰਥਿਕ ਜਾਂ ਵਾਤਾਵਰਨ ਯਾਨੀ ਕਿ ਇਹ ਪੱਕੇ ਤੌਰ ਤੇ ਪ੍ਰਭਾਵਿਤ ਹੋਣਗੇ ਤਾਂ ਉਹਨਾਂ ਹਾਲਾਤਾਂ ਦੇ ਵਿੱਚ ਅਸੀਂ ਕੀ ਕਰਦੇ ਹਾਂ ਸੰਭਾਲ ਅਤੇ ਸਥਾਨਕ ਪਾਣੀ ਦੀ ਪਾਬੰਦੀ ਨਿਯੰਤਰਣ ਲਈ ਕਾਰਵਾਈ ਸੰਭਵ ਅਤੇ ਹੰਗਾਮੀ ਕਾਰਵਾਈ ਦੀ ਵੀ ਸੰਭਾਵਨਾ ਬਣ ਜਾਂਦੀ ਹੈ ਸੋ ਸੋਕੇ ਤੇ ਪ੍ਰਤੀਕਿਰਿਆ ਦੇ ਦੌਰਾਨ ਇੱਕ ਗੈਰੰਟੀਨ ਤਰੀਕ ਪਹੁੰਚ ਹੁੰਦੀ ਹੈ ਇੱਕ ਨਿਰੰਤਰਿਤ ਪਹੁੰਚ ਹੁੰਦੀ ਹੈ ਪਹਿਲਾਂ ਆਪਾਂ ਗਿਆਨ ਨਿਰੰਤਰਿਤ ਪਹੁੰਚ ਦੀ ਗੱਲ ਕਰਦੇ ਹਾਂ ਇਸ ਦੇ ਵਿੱਚ ਪਾਣੀ ਦੀ ਸੰਭਾਲ ਵਰਤੋਂ ਵਿੱਚ ਕੁਸ਼ਲਤਾ ਸੋਕੇ ਦੇ ਟਾਕਰੇ ਦੀਆਂ ਯੋਜਨਾਵਾਂ ਦੇ ਵਿਕਾਸ ਨੂੰ ਉਤਸ਼ਾਹਿਤ ਕਰਨਾ ਆਉਂਦਾ ਹੈ ਸੋ ਇਹਦੇ ਵਾਸਤੇ ਕੀ ਹੁੰਦਾ ਵੀ ਜਿਹੜਾ 22 ਸਟਾਫ ਆ ਫਿਸ਼ਰੀਜ਼ ਐਂਡ ਓਸ਼ੀਅਨਸ ਕੈਨੇਡਾ ਦਾ ਸਟਾਫ ਆ ਸਥਾਨਕ ਸਰਕਾਰਾਂ ਦਾ ਸਟਾਫ ਆ ਤੇ ਮੂਲ ਨਿਵਾਸੀ ਪਾਣੀ ਦੀ ਸੁਰੱਖਿਆ ਤੇ ਸਵੈਚਿਤ ਕਟੌਤੀਆਂ ਦੀ ਲੋੜ ਦਾ ਮੁਲਾਂਕਣ ਕਰਨ ਦੇ ਸਹਿਯੋਗ ਕਰਦੇ ਹਨ ਤੇ ਉਹ ਜਿਹੜੇ ਡਰਾਉਟ ਲੈਵਲ ਮੈਂ ਪਹਿਲਾਂ ਦੱਸ ਕੇ ਗਟਿਆ ਉਹਨਾਂ ਨੂੰ ਦਰਤਾਰਤ ਕਰਨ ਦੇ ਵਿੱਚ ਮਦਦ ਕਰਦੀ ਹੈ ਹਨ ਸੋ ਤੀਸਰਾ ਹੈ ਵੀ ਸਵੈਚਿਤ ਕਟੌਤੀਆਂ ਲਈ ਬੇਨਤੀਆਂ ਕਰਨਾ ਜਿਵੇਂ ਇਹਦੇ ਵਿੱਚ ਜਦੋਂ ਆਪਾਂ ਦੇਖਦੇ ਆਂ ਵੀ ਡਰਾਉਟ ਲੈਵਲ ਵਧ ਰਿਹਾ ਤਾਂ ਉਹਦੇ ਵਿਕਾਸ ਤੇ ਆਪਾਂ ਪਾਣੀ ਦੇ ਵਰਤੋਂ ਕਰਨ ਵਾਲਿਆਂ ਨੂੰ ਪੱਤਰ ਲਿਖੇ ਜਾਂਦੇ ਹਨ মিডিਆ ਰਾਹੀਂ ਸੂਚਨਾਵਾਂ ਦਿੱਤੀਆਂ ਜਾਂਦੀਆਂ ਹਨ ਅਤੇ ਕਮਿਊਨਿਟੀ ਮੀਟਿੰਗਾਂ ਰਾਹੀਂ ਕਰਕੇ ਇਸ ਗੱਲ ਬਾਰੇ ਪ੍ਰਚਾਰ ਦੱਸਿਆ ਜਾਂਦਾ ਹੈ ਵੀ ਸੋਕੇ ਦੇ ਕੀ ਹਾਲਾਤ ਹਨ ਤੇ ਆਪਾਂ ਇਹਦੇ ਟਾਕਰੇ ਵਾਸਤੇ ਕੀ ਕਰ ਸਕਦੇ ਹਾਂ ਕਿ ਇਥੇ ਵੀ ਤਾਂ ਦੱਸਣਾ ਜ਼ਰੂਰੀ ਹੈ ਵੀ ਖੇਤਰੀ ਟੀਮਾਂ ਦੁਆਰਾ ਪਛਾਣੇ ਗਏ ਚਿੰਤਾਜਨਕ ਵਾਟਰਸ਼ੈਡ ਬੀਸੀ ਸੇਵਾ ਵਿੱਚ ਜਾ ਕੇ ਰਿਪੋਰਟਰ ਵਿੱਚ ਦੱਸੇ ਗਏ ਹਨ ਜਿਵੇਂ ਤੁਸੀਂ ਇਹ ਦੇਖ ਸਕਦੇ ਹੋ ਬੈਕ ਇਹ ਮੈਪ ਜਿਹੜਾ ਨਕਸ਼ਾ ਬਣਿਆ ਹੋਇਆ ਹੈ ਤੇ ਇਹ ਵਿੱਚ ਕੁਝ ਆਪ ਛਿੱਕੇ ਪੀਲੇ ਰੰਗ ਦੇ ਆ ਕੁਝ ਗੂੜੇ ਪੂਰੇ ਰੰਗ ਦੇ ਆ ਤੇ ਆਹ ਇੱਕ ਲਾਲ ਰੰਗ ਦੇ ਆ ਸੋ ਇਹ ਡਿਫਰੈਂਟ ਡਰਾਉਟ ਲੈਵਲਸ ਆ ਸੋਕੇ ਦੇ ਏਰੀਆ ਆ ਜਿੱਥੇ ਕਿ ਬਹੁਤ ਗੂੜਾ ਹੈ ਉੱਥੇ ਸੋਕਾ ਬਹੁਤ ਜ਼ਿਆਦਾ ਹੈ ਤਨਿਕ ਗੰਭੀਰਾ ਜਿੱਥੇ ਘਟ ਫਿੱਕਾ ਪੀਲਾ ਹੈ ਤਾਂ ਉੱਥੇ ਸੋਕੇ ਦੇ ਹਾਲਾਤ ਥੋੜੇ ਠੀਕ ਆ ਪਰੰਤੂ ਇਹ ਲਗਭਗ ਸਾਰਾ ਇਹੀ ਬੀਸੀ ਇਦਾਂ ਹੀ ਸੋਕੇ ਦੀ ਮਾਰ ਦੇ ਵਿਚ ਆ ਜਾਂਦਾ ਇਹਨਾਂ ਖੇਤਾਂ ਵਿੱਚ ਸੋਕੇ ਸੰਬੰਧੀ ਕਾਰਵਾਈਆਂ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ ਜਿੱਥੇ ਕਿ ਸੋਕੇ ਦਾ ਲੈਵਲ ਬਹੁਤ ਉੱਪਰ ਆ ਜਿਵੇਂ ਜਿੱਥੇ ਜ਼ਿਆਦਾ ਗੂੜਾ ਲਾਲ ਜਾਂ ਨਾਭੀ ਰੰਗ ਹੈ ਸੋ ਸੋਕੇ ਤੇ ਪ੍ਰਤੀਕਿਰਿਆ ਦੂਸਰੀ ਹੈ ਨਿਰੰਤਰ ਨਿਯੰਤਰਿਤ ਪਹੁੰਚ ਇਹਦੇ ਵਿੱਚ ਜਾਨੀ ਕਿ ਆਪਾਂ ਰੈਗੂਲੇਟਰੀ ਐਕਸ਼ਨਸ ਕਹਿ ਦਿੰਨੇ ਆ ਸੋ ਇਹਦੇ ਵੀ ਸਭ ਤੋਂ ਪਹਿਲਾਂ ਆ ਜਾਂਦਾ ਅਣਅਧਿਕਾਰਤ ਵਰਤੋਂ ਨੂੰ ਰੋਕਣ ਦੇ ਉਦੇਸ਼ ਵੀ ਜੇ ਕੋਈ ਪਾਣੀ ਦੀ ਵਰਤੋਂ ਕਰ ਰਿਹਾ ਉਹਦੇ ਕੋਲ ਲਾਇਸੈਂਸ ਨਹੀਂ ਹੈ ਉਹਦੇ ਕੋਲ ਅਧਿਕਾਰ ਨਹੀਂ ਹੈ ਤੇ ਉਹ ਪਾਣੀ ਦੀ ਵਰਤੋਂ ਕਰ ਰਿਹਾ ਸਭ ਤੋਂ ਪਹਿਲਾਂ ਉਹਨੂੰ ਰੋਕਣ ਦੇ ਆਦੇਸ਼ ਕੀਤੇ ਜਾਂਦੇ ਹਨ ਸੋ ਨੰਬਰ 2 ਤੇ ਨਰਪੱਖਤਾ ਦੇ ਲਈ ਲਾਇਸੈਂਸੀ ਪਾਣੀ ਉਪਭੋਗਤਾਵਾਂ ਨੂੰ ਵਾਟਰਸ਼ੈੱਡ ਵਿਆਪਕ ਸੁਰੱਖਿਆ ਆਦੇਸ਼ ਜਾਰੀ ਕਰਨ ਤੋਂ ਪਹਿਲਾਂ ਅਣਅਧਿਕਾਰਤ ਵਰਤੋਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਸੋ ਜਿਵੇਂ ਆਪਾਂ ਦੇਖਿਆ ਵੀ ਪਾਣੀ ਦੀ ਬਹੁਤ ਥੋੜ੍ਹੀ ਹੋ ਗਈ ਹੈ ਸੋ ਕੋਈ ਵੀ ਟੈਂਪੋਰਰੀ ਪ੍ਰੋਟੈਕਸ਼ਨ ਆਰਡਰ ਆ ਜਿਹੜੇ ਜਾਂ ਕੋਈ ਵੀ ਹੋਰ ਉਦੇਸ਼ ਜਾਰੀ ਕਰਨ ਤੋਂ ਪਹਿਲਾਂ ਜ ਬਿਨਾ ਅਧਿਕਾਰਾਂ ਤੋਂ ਪਾਣੀ ਵਰਤ ਰਿਹਾ ਬਿਨਾ ਲਾਇਸੈਂਸ ਤੋਂ ਪਾਣੀ ਵਰਤ ਰਿਹਾ ਉਹਨਾਂ ਨੂੰ ਸਭ ਤੋਂ ਪਹਿਲਾਂ ਪਾਣੀ ਦੀ ਵਰਤੋਂ ਰੋਕਣ ਲਈ ਕਿਹਾ ਜਾਂਦਾ ਹੈ ਸੋ ਜਾਣਿਤਕਾਰਾਂ ਵਿੱਚ ਵਿਸ਼ੇਸ਼ ਨਿਯਮ ਅਤੇ ਸ਼ਰਤਾਂ ਲਾਈਆਂ ਜਾਂਦੀਆਂ ਹਨ ਸੋ ਇਦਾਂ ਦੇ ਹਾਲਾਤਾਂ ਦੇ ਵਿੱਚ ਜਿਹੜੇ ਲਾਇਸੈਂਸ ਆ ਉਹਨਾਂ ਦੇ ਵਿੱਚ ਖਾਸ ਸ਼ਰਤਾਂ ਲਾਤੀਆਂ ਜਾਂਦੀਆਂ ਵੀ ਜੇ ਕਿਤੇ ਡੈਮ ਤੇ ਪਾਣੀ ਸਟੋਰ ਕੀਤਾ ਗਿਆ ਤਾਂ ਉਹਨਾਂ ਨੂੰ ਕਿਹਾ ਜਾਂਦਾ ਵੀ ਤੁਸੀਂ ਇੱਥੋਂ ਡੈਮ ਤੋਂ ਪਾਣੀ ਰਿਲੀਜ਼ ਕਰ ਦਿਓ ਤਾਂ ਕਿ ਜਿਹੜੀ ਆਪਣੀ ਨਦੀ ਜਾਂ ਨਾਲਾ ਹੈ ਉਹਦੇ ਵਿੱਚ ਪਾਣੀ ਦੇ ਪ੍ਰਵਾਹ ਜਿਹੜਾ ਘਟੋ-ਘਟ ਨੂੰ ਜ਼ਰੂਰੀ ਲੋੜਾਂ ਖਾਤਰ ਬਣਿਆ ਰਹੇ ਸੋ ਇਸ ਤੋਂ ਬਾਅਦ ਥੋੜੇ ਸਮੇਂ ਲਈ ਵਰਤੋਂ ਵਰਤੋਂ ਵਾਲੇ ਜਿਹੜੇ ਲਾਇਸੈਂਸ ਹੁੰਦੇ ਆ ਜੇ ਮ ਤੇਲ ਗੈਸ ਸੈਕਟਰ ਨੂੰ ਥੋੜੇ ਸੇ ਮਿਲੀ ਉਹਨਾਂ ਨੂੰ ਕਿਹਾ ਜਾਂਦਾ ਵੀ ਤੁਸੀਂ ਪਾਣੀ ਦੀ ਵਰਤੋਂ ਆਪਣੀ ਜਿਹੜੀ ਰੋਕ ਦਿਓ ਸੋ ਵਰਤੋਂ ਤੇ ਪਾਣੀ ਦੇ ਅੰਕੜਿਆਂ ਨੂੰ ਵੀ ਇਕੱਠੇ ਕੀਤਾ ਜਾਂਦਾ ਹੈ ਜਿਸ ਦੇ ਨਾਲ ਕਿ ਜਮੜਾ ਜਮਾ ਪਾਣੀ ਛੱਡਿਆ ਜਾ ਸਕੇ ਤੇ ਨਾਲ ਹੀ ਇਹ ਦੇਖਿਆ ਜਾਂਦਾ ਵੀ ਝੀਲ ਆਪਣਾ ਕਿ ਸੇ ਧਾਰਾ ਦੇ ਵਿੱਚ ਪਾਣੀ ਕਿੰਨਾ ਪ੍ਰਵਾਹ ਹੋ ਰਿਹਾ ਉਸ ਦੇ ਅੰਕੜਿਆਂ ਦੇ ਆਧਾਰ ਤੇ ਇਹ ਫੈਸਲੇ ਲਈ ਜਾਂਦੇ ਹਨ ਇਸ ਤੋਂ ਬਾਅਦ ਅਸਥਾਈ ਰੋਕ ਆਦੇਸ਼ ਜਿਨ੍ਹਾਂ ਨੂੰ ਕਿ ਟੈਂਪਰੀ ਪ੍ਰੋਟੈਕਸ਼ਨ ਆਰਡਰਸ ਕਿਹਾ ਜਾਂਦਾ ਹੈ ਸੋ ਟੈਂਪਰੀ ਪ੍ਰੋਟੈਕਸ਼ਨ ਇਹ ਆਰਡਰ ਹੁੰਦੇ ਆ ਵੀ ਵਾਤਾਵਰਣ ਦੀ ਆਪਾਂ ਜੀਵ ਸੁਰੱਖਿਆ ਦੇ ਲਈ ਪਾਣੀ ਨੂੰ ਅਸਥਾਈ ਤੌਰ ਤੇ ਵਰਤੋਂ ਤੇ ਰੋਕ ਲਗਾ ਦਿੰਦੇ ਆ ਉਹਨਾਂ ਨੂੰ ਟੈਂਪਰੀ ਪ੍ਰੋਟੈਕਸ਼ਨ ਆਰਡਰ ਕਿਹਾ ਜਾਂਦਾ ਹੈ ਸੋ ਪਾਣੀ ਦੀ ਅਧਾਰਤ ਵਰਤ ਨੂੰ ਘਟਾਉਣ ਦੇ ਉਦੇਸ਼ਾਂ ਨੂੰ ਆਖਰੀ ਹਥਿਆਰ ਵਜੋਂ ਹੀ ਵਰਤਿਆ ਜਾਂਦਾ ਹੈ ਚਿੰਤਾ ਵਾਲੀ ਪਾਣੀ ਦੇ ਖੇਤਰਾਂ ਦੀ ਗੱਲ ਕਰਦੇ ਆਪਾਂ ਹੁਣ ਇਸ ਤੋਂ ਬਾਅਦ ਸੋ ਬੀਸੀ ਦੇ ਵਿੱਚ ਕਈ ਇਲਾਕੇ ਇਹ ਹਨ ਜਿੱਥੇ ਬਾਰ ਬਾਰ ਸੋਕਾ ਸਾਨੂੰ ਸਾਹਮਣਾ ਕਰਨਾ ਪੈਂਦਾ ਹੈ ਤੇ ਉੱਥੇ ਜਿਹੜੀ ਜਿਹੜੀਆਂ ਆਪਣੀਆਂ ਧਰਾਵਾਂ ਜਾਂ ਨਦੀਆਂ ਜਾਂ ਨਾਲੇ ਆ ਉਹਨਾਂ ਦੇ ਵਿੱਚ ਪਾਣੀ ਬਹੁਤ ਥੱਲੇ ਦੇ ਪੱਧਰ ਤੇ ਚਲਾ ਜਾਂਦਾ ਇਸ ਕਰਕੇ ਸਾਨੂੰ ਉੱਥੇ ਪਾਣੀ ਵਰਤੋਂ ਤੇ ਰੋਕ ਲਾਉਣੀ ਪੈਂਦੀ ਹੈ ਜਿਨ੍ਹਾਂ ਦੇ ਵਿੱਚ ਆਪਣਾ ਸੈਲਮਨ ਨਦੀ ਤੇ ਕੋਕਸਲਾ ਨਦੀ ਵਾਟਰਸ਼ੈਡ ਹੈ ਉਕਾਨਗ ਨਦੀ ਤੇ ਇਸ ਮਿਲਕਵੀ ਨਦੀ ਵਾਟਰਸ਼ੈਡ ਹੈ ਇਦਾਂ ਹੀ ਆ ਲੋਰ ਮੇਨ ਲੈਂਡ ਦੇ ਵਿੱਚ ਜਿਹੜੀ ਕਿ ਬਨਕੂਰ ਦੇ ਆਲੇ ਦੁਆਲੇ ਐਬਿਡਸਪੋਰਟ ਦੇ ਏਰੀਆ ਵਿੱਚ ਬਾਅਰ ਟ੍ਰੈਂਡ ਕ੍ਰੀਕ ਅਤੇ ਫਿਸ਼ਟ੍ਰੈਪ ਕ੍ਰੀਕ ਵਾਟਰਸ਼ੈਡ ਹੈ ਸੋ ਇਹਨਾਂ ਚਿੰਤਾ ਵਾਲੇ ਪਾਣੀ ਦੇ ਖੇਤਰਾਂ ਦੇ ਵਿੱਚ ਸਵੈਛਿਤ ਕਟੌਤੀ ਲਈ ਪਹਿਲਾਂ ਬੇਨਤੀ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਸਭਾਵੀ ਰੈਗੂਲੇਟਰੀ ਕਾਰਵਾਈ ਕੀਤੀ ਜਾਂਦੀ ਹੈ ਅਤੇ ਪਾਣੀ ਦੀ ਅਧਿਕਾ ਅਣਅਧਿਕਾਰਤ ਵਰਤੋਂ ਤੇ ਵੀ ਕਾਰਵਾਈ ਕੀਤੀ ਜਾਂਦੀ ਹੈ ਸੋ ਆਓ ਗੱਲ ਕਰਦੇ ਹਾਂ ਹੁਣ ਵਾਟਰ ਸਸਟੇਨੇਬਿਲਟੀ ਐਕਟ ਦੇ ਵਿੱਚ ਜਿਹੜੀ ਪਾਣੀ ਦੀ ਵਰਤੋਂ ਵਰਤ ਨੂੰ ਰੋਕਣ ਜਾਂ ਆਪਾਂ ਜਾਂ ਦੂਸਰੇ ਪਾਸਿਓਂ ਇਹ ਕਹਿ ਲਈਏ ਵੀ ਆਪਣੇ ਜਿੱਥੇ ਜਲ ਜੀਵਨ ਦੀ ਸੁਰੱਖਿਆ ਦੇ ਵਾਸਤੇ ਅੱਡ-ਅੱਡ ਸੈਕਸ਼ਨਾਂ ਦੇ ਅਧੀਨ ਆ ਆਰਡਰ ਜਾਰੀ ਕੀਤੇ ਜਾ ਸਕਦੇ ਆ ਦੇਸ਼ ਜਾਰੀ ਕੀਤੇ ਜਾ ਸਕਦੇ ਆ ਉਹ ਪਹਿਲਾਂ ਗੱਲ ਕਰਦੇ ਆ ਸੈਕਸ਼ਨ 93 ਦੇ ਆਰਡਰਾਂ ਦੇ ਅਧੀਨ ਕੀ ਗੱਲ ਹੋ ਸਕਦੀ ਹੈ ਸੋ ਪਾਣੀ ਨੂੰ 모ੜਨ ਵਰਤੋਂ ਤੇ ਜਮ੍ਹਾਂ ਕਰਨ ਤੇ ਦੇਸ਼ਾ ਨਿਰਦੇਸ਼ਪਾਤ ਕਰਨ ਲਈ ਅਧਿਕਾਰ ਇਸ ਸੈਕਸ਼ਨ 93 ਦੇ ਵਿੱਚ ਮਿਲਦੇ ਆ ਸੋ ਇਸ ਦੇ ਵਿੱਚ ਸੋਕੇ ਦੇ ਦੌਰਾਨ ਮੁੱਖ ਤੌਰ ਤੇ ਅਣਅਧਿਕਾਰਤ ਉਪਭੋਗਤਾ ਨੂੰ ਪਾਣੀ ਨੂੰ ਮੋੜ ਨਿਵਰਤੋਂ ਬੰਦ ਕਰਨ ਜਾਂ ਜਮਾਂ ਕੀਤੇ ਪਾਣੀ ਨੂੰ ਛੱਡਣ ਲਈ ਨਿਰਦੇਸ਼ਿਤ ਕੀਤਾ ਜਾ ਸਕਦਾ ਹੈ ਸੋ ਸੈਕਸ਼ਨ 93 ਦੇ ਅੰਡਰ ਜੇ ਕੋਈ ਅਣ ਬਿਨਾਂ ਅਧਿਕਾਰਨ ਤੋਂ ਪਾਣੀ ਵਰਤ ਰਿਹਾ ਤਾਂ ਉਹਨੂੰ ਆਦੇਸ਼ ਕੀਤਾ ਜਾ ਸਕਦਾ ਹੈ ਕਿ ਉਹ ਪਾਣੀ ਦੀ ਵਰਤੋਂ ਬੰਦ ਕਰ ਦੇਵੇ ਸੋਕੇ ਦੇ ਦੌਰਾਨ ਪਾਣੀ ਦੇ ਅਧਿਕਾਰ ਦੀ ਪਹਿਲ ਦਾ ਪ੍ਰਬੰਧਨ ਕਰਨ ਲਈ ਅਧਿਕਾਰਤ ਉਪਭੋਗਤਾਵਾਂ ਨੂੰ ਨਿਰਦੇਸ਼ਿਤ ਕੀਤਾ ਜਾ ਸਕਦਾ ਹੈ ਅਰਥਾਤ ਸੀਨੀਅਰ ਅਧਿਕਾਰਾਂ ਦੇ ਰੱਖਿਆ ਲਈ ਫਿਟ ਫਾਰ ਲਾਗੂ ਕੀਤਾ ਜਾ ਸਕਦਾ ਹੈ ਸੋ WSA ਸੈਕਸ਼ਨ 86 ਅਤੇ 87 ਜعنی ਸੈਕਸ਼ਨ 86 ਅਤੇ 87 ਪਾਣੀ ਦੀ ਗੰਭੀਰ ਕਮੀ ਅਤੇ ਵਾਤਾਵਰਣ ਪ੍ਰਵਾਹ ਨੂੰ ਸੁਰੱਖਿਤ ਕਰਨ ਦੇ ਲਈ ਇਹ ਦੋਨੋਂ ਜਿਹੜੇ ਸੈਕਸ਼ਨ 86 ਅਤੇ 87 ਵਰਤੇ ਜਾਂਦੇ ਹਨ ਇਹਨਾਂ ਦਾ ਆਦੇਸ਼ਾਂ ਦਾ ਐਲਾਨ ਕੀਤਾ ਜਾ ਸਕਦਾ ਹੈ ਸੋ ਇਹਦੇ ਵਿੱਚ ਸਭ ਤੋਂ ਪਹਿਲਾਂ ਇਹ ਹੁੰਦਾ ਹੈ ਇੱਕ ਜਾਂ ਇੱਕ ਤੋਂ ਵੱਧ ਧਰਾਵਾਂ ਜਾਂ ਨਦੀਆਂ ਉਹਨਾਂ ਦੇ ਸੂਖਮ ਵਾਤਾਵਰਣ ਪ੍ਰਵਾਹ ਧਾਰਾ ਜਿਹੜੀ ਤੋਂ ਪ੍ਰਵਾਹ ਜਿਹੜਾ ਹੀਟਾਂ ਡਿੱਗ ਪਵੇ ਤਾਂ ਇਹ ਲਾਗੂ ਕੀਤੇ ਜਾ ਸਕਦੇ ਹਨ ਜਾਂ ਉਹਨਾਂ ਨੂੰ ਸਾਨੂੰ ਖਤਰਾ ਹੋਵੇ ਵੀ ਉਹ ਸੂਖਮ ਪ੍ਰਵਾਹ ਦਰ ਤੋਂ ਥੱਲੇ ਡਿੱਗ ਸਕਦਾ ਹੈ ਸੋ ਪਹਿਲਾਂ ਗੱਲ ਕਰਦੇ ਆਪਾਂ ਸੂਖਮ ਪ੍ਰਵਾਹ ਦਰ ਹੁੰਦੀ ਕੀ ਆ ਕ੍ਰਿਟੀਕਲ এনवायरमेंटਲ ਫਲੋ ਥ੍ਰੈਸ਼ਹੋਲਡ ਜੈਨੂ ਸੀਈਐਫਟੀ ਵੀ ਕਿਹਾ ਜਾਂਦਾ ਹੈ ਪਾਣੀ ਦੀ ਉਹ ਵਹਾਅ ਦੀ ਉਹ ਦਰ ਜਿਸ ਤੇ ਹੇਠਾਂ ਕਿਸੇ ਧਾਰਾ ਨਦੀ ਦੇ ਜਲਜੀਵਾਤਵਰਣ ਨੂੰ ਮਹੱਤਵਪੂਰਨ ਜਾਂ ਸਥਾਈ ਨੁਕਸਾਨ ਹੋਣ ਦੀ ਸੰਭਾਵਨਾ ਹੁੰਦੀ ਹੈ ਜਾਇਨੂ ਸਿੰਪਲੀ ਮੈਂ ਇਹ ਕਹਿ ਸਕਦਾ ਸਗੇ ਪ੍ਰੂਫ ਦੇ ਵਿੱਚ ਵੀ ਜਦੋਂ ਪਾਣੀ ਦਾ ਪ੍ਰਵਾਹ ਬਹੁਤ ਜ਼ਿਆਦਾ ਘਟ ਜਾਂਦਾ ਤਾਂ ਉੱਥੇ ਜੇ ਉਸ ਦੇ ਨਾਲ ਇਹਨਾ ਘਟਣ ਜਾਵੇ ਵੀ ਕਿ ਉਸ ਦੇ ਨਾਲ ਉੱਥੇ ਦਾ ਜਿਹੜਾ ਜਲ ਜੀਵਨ ਆ ਕੱਚੇ ਰੂਪ ਦੇ ਵਿੱਚ ਜਾਂ ਸਥਾਈ ਰੂਪ ਦੇ ਵਿੱਚ ਆਪਣਾ ਬਹੁਤ ਨੁਕਸਾਨ ਆ ਜਾਵੇ ਸੋ ਉਹ ਜਿਹੜਾ ਘਟ ਤੋਂ ਘਟ ਮਾਤਰਾ ਹੁੰਦੀ ਆ ਉਹਨੂੰ ਸੂਖਮ ਪ੍ਰਵਾਹ ਦਰ ਕਿਹਾ ਜਾਂਦਾ ਹੈ ਜਿਹੜੀ ਕਿ ਉਹਨੂੰ ਜਿਉਂਦਾ ਰੱਖ ਸਕਦੀ ਹੈ ਸੋ ਪਾਣੀ ਦੀ ਮਹੱਤਵਪੂਰਨ ਘਟਦਾ ਐਲਾਨ ਕਰਨ ਵਾਲਾ ਜਿਹੜਾ ਅਸਥਾਈ ਹੁਕਮ ਉਹ ਸੈਕਸ਼ਨ 86 86 ਦੇ ਅਧੀਨ ਦਿੱਤਾ ਜਾ ਸਕਦਾ ਹੈ। ਸੁੱਤਰਾਵਾਂ ਨਦੀਆਂ ਸੈਕਸ਼ਨ 87 ਦੇ ਅਧੀਨ ਇਹਦੇ ਵਿੱਚ ਸੁਖਮ ਵਾਤਾਵਰਣ ਪ੍ਰਵਾਹ ਦਰਦ ਇਹ ਕਰਨ ਦੇ ਲਈ ਆਰਡਰ ਦਿੱਤਾ ਜਾ ਸਕਦਾ ਹੈ। ਫਿਟਵਰ ਸਕੀਮ ਵਿੱਚ ਸੀਐਫਟੀ ਨੂੰ ਸਾਰੇ ਲਾਇਸੈਂਸ ਤੋਂ ਅੱਗੇ ਰੱਖਿਆ ਜਾਂਦਾ ਹੈ। ਸੋ ਜਾਨੀ ਕਿ ਜੇ ਕਿਸੇ ਧਾਰਾ ਦੇ ਵਿੱਚ ਜਾਂ ਨਦੀ ਨਾਲੇ ਦੇ ਵਿੱਚ ਆਪਣਾ ਜਿਹੜਾ ਪਾਣੀ ਦੀ ਧਾਰਾ ਉਹ ਸੂਖਮ ਪ੍ਰਵਾਹ ਦਰ ਤੋਂ ਥੱਲੇ ਡਿੱਗ ਪੈਂਦੀ ਆ ਤਾਂ ਉੱਥੇ ਫਿਟਫਾਰ ਦਾ ਕਾਨੂੰਨ ਲਾਗੂ ਨਹੀਂ ਹੁੰਦਾ ਉਪਭੋਗਤਾਵਾਂ ਨੂੰ ਤਰਦੀ ਦੀ ਮਿੱਟੀ ਦੇ ਅਨਸਾਰ ਪਾਣੀ ਦੀ ਵਰਤੋਂ ਨੂੰ ਸੀਮਿਤ ਕਰਨ ਦਾ ਆਦੇਸ਼ ਦਿੱਤਾ ਜਾ ਸਕਦਾ ਹੈ ਸੋ ਇਹਦੇ ਵਿੱਚ ਇਹ ਹੁੰਦਾ ਵੀ ਆਪਾਂ ਇਹ ਤੈਅ ਕਰ ਲੈਨੇ ਆ ਵੀ ਫਰਜ਼ ਜਿਵੇਂ ਕਿ ਐਗਜ਼ਾਮਪਲ ਵਰ ਨੂੰ ਫਰਜ਼ ਕਰ ਲੋ ਵੀ ਆਪਾਂ ਇਹ ਕਰ ਲੈਨੇ ਆ 1980 ਤੋਂ ਪਹਿਲਾਂ ਦੀ ਜਿਹੜੀਆਂ ਦੀ ਕਿਸੇ ਦੀ ਡੇਟ ਆਫ ਪ੍ਰਾਇਓਰਿਟੀ ਤਾਂ ਉਹ ਪਾਣੀ ਵਰਤ ਸਕਦੇ ਆ ਪਰ ਉ ਤੋਂ ਬਾਅਦ ਵਾਲੇ ਸਾਰਿਆਂ ਨੂੰ ਪਾਣੀ ਨੂੰ ਵਰਤੋਂ ਤੇ ਰੋਕ ਲਗਾ ਦਿੱਤੀ ਜਾਂਦੀ ਹੈ ਸੋ ਇਹਦੇ ਵਿੱਚ ਇਨੀਫਿਟ ਫਾਰਫੇਰ ਲਾਗੂ ਕੀਤਾ ਜਾ ਸਕਦਾ ਹੈ ਸੈਕਸ਼ਨ 87 ਦੇ ਤਹਿਤ ਸੋ ਇਸ ਤੋਂ ਅਗਲਾ ਆ ਜਾਂਦਾ ਮੱਛੀਆਂ ਦੀ ਵਾਦੀ ਦੀ ਸੁਰੱਖਿਆ ਲਈ ਉਦੇਸ਼ ਇਹ ਆ ਹੁੰਦਾ ਵਾਟਰ ਸਸਟੇਨੇਬਿਲਟੀ ਐਕਟ 88 ਦੇ ਅੰਡਰ ਸੋ ਇਸ ਦੇ ਵਿੱਚ ਕੀ ਹੁੰਦਾ ਜਿੱਥੇ ਘੱਟ ਵਹਾ ਕਰਨ ਮੱਛੀਆਂ ਦੀ ਆਬਾਦੀ ਨੂੰ ਖਤਰਾ ਹੈ ਉੱਥੇ ਨਦੀਆਂ ਤੇ ਹੈਡਰਿਕ ਤੌਰ ਤੇ ਜੁੜੇ ਪੱਤਰਾਂ ਤੋਂ ਪਾਣੀ ਦੀ ਵਰਤੋਂ ਤੇ ਪਾਬੰਦੀ ਲਗਾਉਣ ਦਾ ਦੇਸ਼ ਮੰਤਰੀ ਦੇ ਸਕਦਾ ਹੈ ਸੋ ਪਾਣੀ ਦੇ ਧਕਾਨਾਂ ਵਿੱਚ ਕਟੌਤੀ ਤਰਜੀਹ ਦੀ ਮਿੱਤਰੀ ਪਾਲਣਾ ਨਹੀਂ ਕਰਦੀ ਸੋ ਜੇ ਆਪਾਂ ਸੈਕਸ਼ਨ 88 ਦੇ ਵਿੱਚ ਆਰਡਰ ਕਰਦੇ ਹਾਂ ਤਾਂ ਉੱਥੇ ਫਿੱਟ ਫਾਰ ਲਾਗੂ ਨਹੀਂ ਹੁੰਦਾ ਕਿਸੇ ਵੀ ਤਰੀਕ ਦਾ ਲਾਇਸੈਂਸ ਹੋਵੇ ਤੇ ਜੇ ਸੈਕਸ਼ਨ 88 ਦਾ ਆਰਡਰ ਆਉਂਦਾ ਜੇ ਉਹਦੀ ਉਸ ਸੋਰਸ ਦੇ ਉੱਪਰ ਆ ਉਸ ਸਰੋਤ ਦੇ ਉੱਪਰ ਆ ਤਾਂ ਉਹ ਸਾਰਿਆਂ ਨੂੰ ਹੀ ਪਾਣੀ ਦੀ ਵਰਤੋਂ ਤੋਂ ਰੋਕਿਆ ਜਾ ਸਕਦਾ ਹੈ ਇ ਇਥੇ ਵੀ ਗੱਲ ਧਿਆਨ ਦੀ ਹਿੰਦੀ ਜ਼ਰੂਰਤਾਂ ਵੀ ਖੇਤੀ ਉਪਭੋਗਤਾਵਾਂ ਦੀ ਲੋੜਾਂ ਨੂੰ ਧਿਆਨ ਦੇਣਾ ਜ਼ਰੂਰੀ ਮੰਨਿਆ ਜਾਂਦਾ ਹੈ ਸੋ ਜਦੋਂ ਇਹ ਸੈਕਸ਼ਨ 88 ਦੇ ਆਰਡਰ ਕੀਤੇ ਜਾਂਦੇ ਆ ਜਾਂ ਫੈਸਲਾ ਲਿਆ ਜਾਂਦਾ ਹੈ ਉਦੋਂ ਇਸ ਗੱਲ ਨੂੰ ਜ਼ਰੂਰੀ ਮੰਨਿਆ ਜਾਂਦਾ ਹੈ ਕਿ ਖੇਤੀਬਾੜੀ ਦੀਆਂ ਲੋੜਾਂ ਤੇ ਧਿਆਨ ਦਿੱਤਾ ਜਾਵੇ ਸੋ ਇਹਨਾਂ ਜਿਹੜੇ ਸੈਕਸ਼ਨ ਜਿਵੇਂ 86 87 ਅਤੇ 88 ਦੀ ਜਦੋਂ ਫੈਸਲਾ ਲੈਣ ਦੀ ਵਿਧੀ ਆ ਉਦੋਂ ਆਪਾਂ ਵਿਕਲਪ ਦੀ ਚੋਣ ਕਿਵੇਂ ਕਰਦੇ ਆ ਆਓ ਹੁਣ ਆਪਾਂ ਉਹਦੇ ਬਾਰੇ ਗੱਲਬਾਤ ਕਰਦੇ ਆ ਸੋ ਸਭ ਤੋਂ ਪਹਿਲਾਂ ਆ ਆਪਾਂ ਇਹ ਦੇਖਦੇ ਆ ਵੀ ਪਾਣੀ ਦੀ ਵਰਤੋਂ ਕਰਕੇ ਪਾਣੀ ਦੀ ਘਾਟ ਹੋ ਰਹੀ ਆ ਸੋ ਆਪਾਂ ਦੇਖਦੇ ਹਾਂ ਵੀ ਪਾਣੀ ਦੀ ਅਣਅਧਿਕਾਰਤ ਵਰਤੋਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਸਭ ਤੋਂ ਪਹਿਲਾਂ ਲਾਇਸੈਂਸ ਦੀਆਂ ਸ਼ਰਤਾਂ ਨੂੰ ਲਾਗੂ ਕਰੋ ਜਿਵੇਂ ਵੀ ਕਿੰਨੀ ਮਾਤਰਾ ਵਿੱਚ ਪਾਣੀ ਵਰਤਣ ਦੀ ਇਜਾਜ਼ਤ ਹੈ ਉਹ ਤੇ ਉਸ ਨੂੰ ਪਾਲਣਾ ਕਰਨ ਲਈ ਕੋਸ਼ਿਸ਼ ਕੀਤੀ ਜਾਂਦੀ ਹੈ ਅਤੇ ਨਾਲ ਹੀ ਨਾਲ ਜਿਹੜੇ ਪਾਣੀ ਦੀ ਵਰਤੋਂ ਕਰਨ ਵਾਲੇ ਹਨ ਉਹਨਾਂ ਨੂੰ ਸਵੈਚਿਤਾਰ ਤੇ ਪਾਣੀ ਦੀ ਵਰਤੋਂ ਵਿੱਚ ਕਟੌਤੀ ਕਰਨ ਲਈ ਬੇਨਤੀ ਵੀ ਕੀਤੀ ਜਾਂਦੀ ਹੈ ਸੋ ਅਗਰ ਇਸ ਤੋਂ ਬਾਅਦ ਵੀ ਪਾਣੀ ਦੀ ਘਾਟ ਪੂਰੀ ਨਹੀਂ ਹੋਣਦੀ ਤਾਂ ਕੀ ਪਾਣੀ ਅਧਿਕਾਰ ਜਾਂ ਜੀਵ ਅਧਿਕਾਰ ਜਾਂ ਜਲਜੀ ਵਾਤਾਵਰਨ ਅਜੇ ਵੀ ਪ੍ਰਭਾਵਿਤ ਹਨ ਸੋ ਉਸ ਤੋਂ ਬਾਅਦ ਆਪਣੇ ਕੋਲੇ ਦੋ ਆਪਸ਼ਨ ਆ ਜਾਂਦੀਆਂ ਕਿ ਮੁੱਦਾ ਸਿਰਫ ਪਾਣੀ ਦੇ ਅਧਿਕਾਰ ਧਾਰਕਾਂ ਨੂੰ ਪ੍ਰਭਾਵਿਤ ਕਰਦਾ ਹੈ ਵੀ ਸਿਰਫ ਜਨਿ ਕਿ ਪਾਣੀ ਹੋਰ ਕਿਸੇ ਚੀਜ਼ ਨੂੰ ਪ੍ਰਭਾਵਿਤ ਨਹੀਂ ਕਰ ਰਿਹਾ ਸਿਰਫ ਜਿਹੜੇ ਪਾਣੀ ਦੇ ਜਿਨ੍ਹਾਂ ਨੂੰ ਲਾਇਸੈਂਸ ਮਿਲੇ ਜਾਂ ਅਧਿਕਾਰ ਆ ਉਹਨਾਂ ਦੀ ਵਰਤੋਂ ਜੋਗਾ ਪਾਣੀ ਪੂਰਾ ਨਹੀਂ ਹੋ ਰਿਹਾ ਜਾਂ ਦੂਜੀ ਆਪਸ਼ਨ ਇਹ ਹੋ ਸਕਦੀ ਆ ਕਿ ਧਾਰਾ ਦਾ ਵਾਹ ਨਾਜ਼ੁਕਦਾਰ ਜਿਹੜੀ ਆਪਾਂ ਪਹਿਲਾਂ ਗੱਲ ਕਰਕੇ اٹੇ ਆ ਸੀਈਐਫਟੀ ਜਨਿ ਕਿ ਉਸ ਤੋਂ ਹੀਟਾ ਹੈ ਜਾਂ ਨਾਜ਼ੁਕਦਰ ਨਾਜ਼ੁਕਦਰ ਤੋਂ ਸੀਐਫਟੀ ਤੋਂ ਹੀਟਾ ਆਉਣ ਦੀ ਸੰਭਾਵਨਾ ਹੈ ਜਾਂ ਫਿਰ ਜਾਂ ਅਤੇ ਦੋਨੋਂ ਇਕੱਠੇ ਵੀ ਹੋ ਸਕਦਾ ਹੈ ਕਿ ਮੱਛੀਆਂ ਦੀ ਵਾਦੀ ਨੂੰ ਖਤਰਾ ਹੈ ਕਿ ਜਾਂ ਤਾਂ ਸੀਐਫਟੀ ਤੋਂ ਪਾਣੀ ਦੀ ਦਰ ਥੱਲੇ ਆ ਰਹੀ ਹੈ ਤੇ ਨਾਲੇ ਮੱਛੀਆਂ ਨੂੰ ਵੀ ਖਤਰਾ ਹੈ ਜਾਂ ਹੋ ਸਕਦਾ ਵੀ ਦੋਨਾਂ ਚੋਂ ਇੱਕ ਗੱਲ ਹੋਵੇ ਸੀਐਫਟੀ ਦਾ ਦਰ ਤੋਂ ਥੱਲੇ ਆ ਗਿਆ ਹੈ ਤੇ ਮੱਛੀਆਂ ਨੂੰ ਖਤਰਾ ਨਹੀਂ ਹੋਇਆ ਜਾਂ ਮੱਛੀਆਂ ਨੂੰ ਖਤਰਾ ਹੋ ਗਿਆ ਸੀਐਫਟੀ ਦਰ ਤੋਂ ਪਾਣੀ ਉੱਤੇ ਆ ਸੋ ਇਸ ਦੇ ਆਧਾਰ ਤੇ ਆਪਾਂ ਵਿਚਾਰ ਆ ਜਿਹੜੇ ਅਗਲੀ ਸਲਾਈਡ ਦੇ ਵਿੱਚ ਕਰਾਂਗੇ ਇਹਨਾਂ ਦੋਨਾਂ ਦੇ ਵਿੱਚੋਂ ਜਿਹੜੀਆਂ ਦੋ ਆਪਸ਼ਨਾਂ ਬਣਦੀਆਂ ਇੱਕ ਦੇ ਤਹਿਤ ਸੈਕਸ਼ਨ 87 ਦੇ ਅਧੀਨ ਫਿਟਫਾਰ ਲਾਗੂ ਕੀਤਾ ਜਾਂਦਾ ਹੈ ਤੇ ਦੂਸਰਾ ਹੈਗਾ ਵੀ ਮੱਛੀਵਾਦੀ ਸੁਰੱਖਿਆ ਆਦੇਸ਼ ਸੈਕਸ਼ਨ 88 ਦੇ ਅਧੀਨ ਲਾਗੂ ਕੀਤੇ ਜਾ ਸਕਦੇ ਹਨ ਪਰੰਤੂ ਜੇ ਆਪਾਂ ਪਹਿਲਾਂ ਜਿਵੇਂ ਗੱਲ ਕਰਕੇ ਹਟਿਆ ਵੀ ਜੇ ਸਿਰਫ ਮੁੱਦਾ ਪਾਣੀ ਦੇ ਅਧਿਕਾਰਤ ਪ੍ਰਵਾਹ ਧਾਰਕਾਂ ਨੂੰ ਹੀ ਪ੍ਰਭਾਵਿਤ ਕਰਦਾ ਤਾਂ ਉਸ ਹਲਾਤਾਂ ਦੇ ਵਿੱਚ ਫਿਟਫਾਰ ਲਾਗੂ ਕੀਤਾ ਜਾ ਸਕਦਾ ਹੈ ਜੋ ਕਿ ਸੈਕਸ਼ਨ 93 ਦੇ ਅਧੀਨ ਕੀਤਾ ਜਾ ਸਕਦਾ ਹੈ ਸੋ ਹੁਣ ਆਪਾਂ ਗੱਲ ਕਰਦੇ ਹਾਂ ਫੈਸਲੇ ਲੈਣ ਦੀ ਵਿਧੀ ਜਿਹੜਾ ਪਹਿਲਾਂ ਆਪਾਂ ਕਿਹਾ ਤੁਹਾਨੂੰ ਕਿਹਾ ਸੀਗਾ ਵੀ ਅਗਲੀ ਸਲਾਈਡ ਤੇ ਗੱਲ ਕਰਾਂਗੇ ਵੀ ਆਪਣੇ ਕੋਲ ਦੋ ਵਿਕਲਪਾਂ ਜعنی ਇੱਕ ਤਾਂ ਹੈ ਵੀ ਜਿਹੜੀ ਸੀਐਫਟੀ ਜعنی ਧਾਰਾ ਦਾ ਬਹਾਰ ਨਾਜ਼ੁਕਦਰ ਤੋਂ ਹੇਠਾਂ ਚਲਿਆ ਗਿਆ ਜਾਂ ਜਾਨ ਦੀ ਖਤਰਾ ਹੈ ਜਾਂ ਉਹਦੇ ਵਿੱਚ ਐ ਵੀ ਮੱਛੀਆਂ ਦੀ ਵਾਦੀ ਨੂੰ ਖਤਰਾ ਹੈ ਜਾਂ ਦੋਵੇਂ ਗੱਲਾਂ ਹੋ ਚੁੱਕੀਆਂ ਸੋ ਇੱਥੇ ਆਪਣੇ ਕੋਲੇ ਕਈ ਗੱਲਾਂ ਆ ਜਾਣੀਆਂ ਜਿਨ੍ਹਾਂ ਨੂੰ ਵਿਚਾਰ ਕੇ ਫਿਰ ਫੈਸਲਾ ਲੈਣਾ ਹੁੰਦਾ ਜਿਨ੍ਹਾਂ ਦੇ ਵਿੱਚ ਨਾਜ਼ੁਕ ਸੁਭਾਵਾਂ ਦਾ ਦੇ ਪਾਣੀ ਸਪਲਾਈ ਕਰਨ ਵਾਲਿਆਂ ਤੇ ਕੀ ਪ੍ਰਭਾਵ ਹੈ ਜਾਨੀ ਕਿ ਵੀ ਜੇ ਇੱਕ ਨਾ ਪਾਣੀ ਆਪਾਂ ਘਰਾਂ ਲਈ ਵਰਤਨਾ ਜਾਂ ਸ਼ਹਿਰਾਂ ਦੀ ਮਿਊਂਸਪਲਿਟੀਆਂ ਨੂੰ ਪਾਣੀ ਵਰਤਿਆ ਜਾਂਦਾ ਉਹਨੂੰ ਵੀ ਵਿਚਾਰਿਆ ਜਾਂਦਾ ਹੈ ਪਾਣੀ ਦੇ ਪੋਖਤਾਵਾਂ ਦੇ ਪ੍ਰਭਾਵ ਨੂੰ ਘੱਟ ਕਰਦੇ ਹੋਏ ਮੱਛੀ ਦੇ ਪਚਾਲੀ ਵੱਧ ਤੋਂ ਵੱਧ ਫਾਇਦਾ ਕਿਵੇਂ ਮਿਲ ਸਕਦਾ ਜਾਨੀ ਆਪਾਂ ਨੇ ਇਹ ਆ ਵੀ ਆਪਾਂ ਕਿਹੜਾ ਪਾਣੀ ਦਾ ਵਰਤੋਂ ਰੋਕੀਏ ਤਾਂ ਉਹਦਾ ਤਾਂ ਕਿ ਉਹਦਾ ਸਭ ਤੋਂ ਵੱਧ ਤੋਂ ਵੱਧ ਮੱਛੀਆਂ ਨੂੰ ਫਾਇਦਾ ਹੋਵੇ ਸੋ ਇਦਾਂ ਹੀ ਨਾਲ ਖੇਤੀਬਾੜੀ ਤੇ ਜਿਹੜੇ ਅਸਰ ਉਹ ਵੀ ਵਿਚਾਰੇ ਜਾਂਦੇ ਆ ਇਦੇ ਵਿੱਚ ਹੀ ਨਾਲ ਹੀ ਵਿਗਿਆਨ ਦਾ ਜਿਹੜਾ ਪੂਰਾ ਆਸਰਾ ਲਿਆ ਜਾਂਦਾ ਵੀ ਸਤਹ ਹੇਠਲੇ ਪਾਣੀ ਨੂੰ ਦੇਖਿਆ ਜਮਿਨੀ ਪਾਣੀ ਦੀ ਸਤਹ 'ਤੇ ਵਿੱਚ ਤਬਦੀਲੀਆਂ ਨੂੰ ਦੇਖਿਆ ਜਾਂਦਾ ਤੇ ਮੱਛੀਆਂ ਦੀ ਜਿਹੜੀ ਪੋਪੂਲੇਸ਼ਨਾਂ ਜਨਸੰਖਿਆ ਉਹਨੂੰ ਦੇਖਿਆ ਜਾਂਦਾ ਜਲ ਜੀਵਨ ਨੂੰ ਦੇਖਿਆ ਜਾਂਦਾ ਆਪਣਾ ਪਾਣੀ ਜਿਹੜਾ ਆਪਣੇ ਨਦੀ ਨਾਲਿਆਂ ਦੇ ਵਿੱਚ ਪਾਣੀ ਵਗ ਰਿਹਾ ਹੈ ਉਹਦੇ ਵਿੱਚ ਤਾਪਮਾਨ ਦੇ ਵਿੱਚ ਕੋਈ ਤਬਦੀਲੀਆਂ ਉਹਨੀਆਂ ਉਹਨੂੰ ਦੇਖਿਆ ਜਾਂਦਾ ਨਾਲ ਹੀ ਇੱਥੇ ਇਹ ਵੀ ਦੇਖਿਆ ਜਾਂਦਾ ਵੀ ਮੱਛੀਆਂ ਨੇ ਆਪਣਾ ਜਿਹੜੀ ਸਪੋਨਿੰਗ ਹੁੰਦੀ ਹੈ ਜਾਂ ਮਾਈਗ੍ਰੇਸ਼ਨ ਜਾਂ ਜਿਹੜੀ ਮੱਛੀਆਂ ਇੱਧਰ ਉੱਧਰ ਜਾਂਦੀਆਂ ਵੀ ਉਸ 'ਤੇ ਕੀ ਪ੍ਰਭਾਵ ਪੈ ਰਹੇ ਆ ਸੋ ਇਸ ਦੇ ਨਾਲ ਹੀ ਵਾਟਰਸ਼ੈੱਡ ਵਿੱਚ ਪਾਣੀ ਦੀ ਵਰਤੋਂ ਤੇ ਵਰਤੋਂ ਕਰਨ ਵਾਲਿਆਂ ਵੱਲ ਵੀ ਧਿਆਨ ਦਿੱਤਾ ਜਾਂਦਾ ਹੈ ਸੋ ਇਸ ਦੇ ਨਾਲ ਹੀ ਇਹ ਵੀ ਦੇਖਿਆ ਜਾਂਦਾ ਵੀ ਕਿਹੜੇ ਕਿਹੜੇ ਸੈਕਟਰ ਪ੍ਰਭਾਵਿਤ ਹੋਣਗੇ ਤੇ ਕਿਹੜੇ ਸੈਕਟਰ ਦੇ ਵਿੱਚ ਆਪਣੇ ਜਿਹੜੇ ਨਵੀਂ ਡੇਟ ਆਫ ਪ੍ਰਾਈਟੀ ਵਾਲੇ ਲਾਇਸੈਂਸ ਆ ਉਹਨਾਂ ਬਾਰੇ ਵੀ ਗੱਲ ਕੀਤੀ ਜਾਂਦੀ ਹੈ ਚੁਣਾ ਸਾਰੀਆਂ ਗੱਲਾਂ ਨੂੰ ਵਿਚਾਰ ਕੇ ਸਾਡੇ ਕੋਲੇ ਇੱਕ ਫੈਸਲਾ ਲਿਆ ਜਾਂਦਾ ਜਾਂ ਤਾਂ ਵੀ ਪਾਣੀ ਦੇ ਸੰਕਟ ਦਾ ਐਲਾਨ ਕਰਕੇ ਸੀਐਫਟੀ ਦੇ ਦੇਸ਼ ਦਿੱਤੇ ਜਾਂਦੇ ਆ ਜਿਹਦੇ ਵਿੱਚ ਸੈਕਸ਼ਨ 86 ਤੇ 87 ਅਧੀਨ ਫਿਟਫਾਰ ਲਾਗੂ ਕੀਤਾ ਜਾਂਦਾ ਜਾਂ ਆਪਾਂ ਇਹ ਦੇਖਦੇ ਆਂ ਵੀ ਮੱਛੀ ਵਾਦੀ ਸੁਰੱਖਿਆ ਦੇਸ਼ ਜਾਰੀ ਕੀਤੇ ਜਾਂਦੇ ਆ ਜਿਹਦੇ ਵਿੱਚ ਵੀ ਆਪਾਂ طے ਕਰ ਸਕਦੇ ਆਂ ਵੀ ਕਿਹੜੇ ਕਿਹਨਾਂ ਨੂੰ ਪਾਣੀ ਰੋਕਿਆ ਜਾਵੇ ਕਿਹੜੇ ਕਿਹਨਾਂ ਨੂੰ ਪਾਣੀ ਵਰਤਨ ਦਿੱਤਾ ਜਾਵੇ ਜਾਂ ਕਿਹੜੇ ਨੂੰ ਨਾ ਦਿੱਤਾ ਜਾਵੇ ਸੋ ਇਹ ਇਹ ਜਿਹੜੀ ਆਪਣੇ ਕੋਲੇ ਚੋਣ ਕਰਨ ਦੀ ਜਿਹੜੀ ਕਪੈਸਿਟੀ ਆ ਉਹ ਸਿਰਫ ਸੈਕਸ਼ਨ 88 ਦੇ ਅਧੀਨ ਹੀ ਹੈ 86 87 ਦੇ ਵਿੱਚ ਸਿਰਫ ਫਿਟ ਫਾਰ ਲਾਗੂ ਕੀਤਾ ਜਾ ਸਕਦਾ ਹੈ ਸੋ ਇਹ ਧਿਆਨ ਦੇਣ ਦੀ ਗੱਲ ਹੈ ਜੀ ਸੋ ਫੈਸਲੇ ਨੂੰ ਸੂਚਿਤ ਕਰਨ ਲਈ ਵਿਗਿਆਨ ਜਿਵੇਂ ਪਹਿਲੀ ਸਲਾਈਡ ਦੇ ਵਿੱਚ ਗੱਲ ਕਰਕੇ ਆਏ ਆ ਕਿ ਵਿਗਿਆਨ ਨੂੰ ਇੱਥੇ ਬਹੁਤ ਧਿਆਨ ਦਿੱਤਾ ਜਾਂਦਾ ਹੈ ਉਹਦੇ ਵਿੱਚ ਸਤਹੀ ਪਾਣੀ ਨੂੰ ਕਿਵੇਂ ਦੇਖਿਆ ਜਾਂਦਾ ਸੁੱਤਾ ਰਾਦੀ ਪ੍ਰਵਾਹ ਦੀ ਨਿਗਰਾਨੀ ਆਪਣਾ ਤੁਹਾਨੂੰ ਡਾਟਾ ਕਿੱਥੋਂ ਮਿਲਦਾ ਉਹਦੇ ਬਾਰੇ ਆਪਾਂ ਗੱਲ ਕਰਦੇ ਆਂ ਸੋ ਕੈਨੇਡਾ ਦੇ ਰੀਅਲ ਟਾਈਮ ਵਾਟਰ ਸਰਵੇ ਦੇ ਸਟੇਸ਼ਨ ਆ ਬਹੁਤ ਸਾਰੇ ਥਾਵਾਂ ਤੇ ਸੋ ਇਸ ਦੇ ਨਾਲ ਹੀ ਖੇਤਰੀ ਜਲ ਟੀਮਾਂ ਦੁਆਰਾ ਸਥਾਪਿਤ ਕੀਤੇ ਗਏ ਨਿਗਰਾਨ ਸਥਾਨ ਹੁੰਦੇ ਆ ਜਿਹੜੇ ਲੋੜ ਮੁਤਾਬਕ ਸਥਾਪਿਤ ਕੀਤੇ ਜਾਂਦੇ ਆ ਇਸ ਦੇ ਨਾਲ ਹੀ ਜਦੋਂ ਜ਼ਮੀਨੀ ਪੱਧਰ 'ਤੇ ਕਿਤੇ ਲੋੜ ਹੁੰਦੀ ਆ ਤੋਂ ਸਾਡੇ ਜਿਹੜੇ ਅਫਸਰ ਜਾਂ ਮੌਕੇ ਦੇ ਸਟਾਫ ਮੈਂਬਰ ਆ ਉਹ ਜਾ ਕੇ ਉੱਥੇ ਮਿਲਤੀ ਕਰਦੇ ਆ ਵੀ ਕਿਹੜੀ ਕ੍ਰੀਕ ਦੇ ਵਿੱਚ ਪਾਣੀ ਕਿੰਨਾ ਚੱਲ ਰਿਹਾ ਹੈ ਕਿ ਉਹ ਸੀਈਐਫਟੀ ਜਿਹੜੀ ਆਪਣੀ ਦਰ ਕ੍ਰਿਟੀਕਲ ਦਰ ਉਸ ਤੋਂ ਥੱਲੇ ਜਾ ਰਹੀ ਆ ਕਿ ਠੀਕ ਹੈ ਸੋ ਇਹ ਡਾਟਾ ਜਨਤਕ ਤੌਰ ਤੇ ਉਪਲਬਧ ਹੁੰਦਾ ਹੈ ਪਾਣੀ ਦੇ ਪੱਧਰ ਅਤੇ ਵਹਾਅ ਦਾ ਡਾਟਾ ਰੀਅਲ ਟਾਈਮ ਹਾਈਡਰੋਮੈਟ੍ਰਿਕ ਡਾਟਾ ਦੇਖਣ ਦੇ ਲਈ ਤੁਸੀਂ ਅ ਰੀਅਲ ਟਾਈਮ ਹਾਈਡਰੋਮੈਟ੍ਰਿਕ ਡਾਟਾ ਮੈਪ ਸਰਚ ਕਰ ਸਕਦੇ ਹੋ ਇਸ ਦੇ ਨਾਲ ਰੀਅਲ ਟਾਈਮ ਪਾਣੀ ਦਾ ਡਾਟਾ ਬ੍ਰਿਟਿਸ਼ ਕੋਲੰਬੀਆ ਨੂੰ ਜਾ ਕੇ ਵੀ ਤੁਸੀਂ ਸਰਚ ਕਰ ਸਕਦੇ ਹੋ ਸੋ ਤੁਸੀਂ ਇਹ ਦੇਖ ਸਕਦੇ ਹੋ ਕਿ ਗ੍ਰਾਫ ਦੇ ਵਿੱਚ ਇੱਥੇ ਪਾਣੀ ਦਾ ਪ੍ਰਵਾਹ ਜਿਹੜਾ ਜੂਨ ਦੇ ਸ਼ੁਰੂਆਤ ਦੇ ਵਿੱਚ ਇੱਥੇ ਸੀ ਮਈ ਦੇ ਅੰਤ ਦੇ ਵਿੱਚ ਇਹ ਹੌਲੀ ਹੌਲੀ ਘਟਦਾ 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 ਥੱਲੇ ਆ ਗਿਆ ਤੇ 17 ਜੁਲਾਈ ਨੂੰ ਜਾ ਕੇ ਇਹ ਜਿਹੜੀ ਹੈਗੀ ਆ ਫਿਸ਼ ਪੋਪੂਲੇਸ਼ਨ ਸਰਵਾਈਵਲ ਥ੍ਰੈਸ਼ਹੋਲਡਾ ਵੀ ਜੇ ਤੋਂ ਪਾਣੀ ਇਹ ਤੋਂ ਥੱਲੇ ਆ ਜਾਂਦਾ ਲਾਲ ਲੀਕ ਤੋਂ ਤਾਂ ਉੱਥੇ ਮੱਛੀਆਂ ਦੇ ਜੀਵਨ ਨੂੰ ਖਤਰਾ ਪੈ ਜਾਂਦਾ ਸੋ ਦੇਖਦੇ ਆਪਾਂ ਵੀ 17 ਜੁਲਾਈ ਤੋਂ ਬਾਅਦ ਪਾਣੀ ਇੰਨਾ ਘੱਟ ਗਿਆ ਕਿ ਉਸ ਤੋਂ ਬਾਅਦ ਮੱਛੀਆਂ ਦੇ ਜਲ ਜੀਵਨ ਨੂੰ ਖਤਰਾ ਪੈਦਾ ਹੋ ਗਿਆ ਤਾਂ ਉਸ ਤੋਂ ਬਾਅਦ ਸੈਕਸ਼ਨ 8 ਆਪਣਾ ਠਾਸੀ ਦੇ ਦੀਨ ਇੱਥੇ ਪਾਣੀ ਦੀ ਵਰਤੋਂ ਦੇ ਰੋਕਣ ਦੇ ਟੈਂਪੋਰਰੀ ਪ੍ਰੋਟੈਕਸ਼ਨ ਆਰਡਰ ਜਾਰੀ ਕੀਤੇ ਜਾ ਸਕਦੇ ਹਨ ਸੋ ਫੈਸਲੇ ਨੂੰ ਸੂਚਿਤ ਕਰਨ ਲਈ ਜ਼ਮੀਨੀ ਪਾਣੀ ਦਾ ਵਿਗਿਆਨ ਵੀ ਬਹੁਤ ਜ਼ਰੂਰੀ ਹੁੰਦਾ ਹੈ ਸੋ ਇਹਦੇ ਵਿੱਚ ਇਹ ਆ ਜਾਂਦਾ ਵੀ ਤੁਹਾਨੂੰ ਇਹਨਾਂ ਦੀ ਜਾਣਕਾਰੀ ਸਾਂਝੀ ਕਰਨੀ ਚਾਹੁੰਦਾ ਵੀ ਧਾਰਾ ਦੇ ਵਹਾਅ ਵਿੱਚ ਕਮੀ ਜ਼ਮੀਨੀ ਪਾਣੀ ਦੀ ਵਰਤੋਂ ਦੇ ਅ ਜਮੀਨੀ ਪਾਣੀ ਦੀ ਵਰਤੋਂ ਧਾਰਾ ਦੇ ਵਹਾਅ ਨੂੰ ਘਟਾ ਸਕਦੀ ਹੈ ਤੁਸੀਂ ਦੇਖ ਸਕਦੇ ਹੋ ਵੀ ਜਦੋਂ ਆਪਾਂ ਪਾਣੀ ਇੱਥੋਂ ਪمپ ਕਰ ਰਹੇ ਹਾਂ ਤਾਂ ਪਾਣੀ ਪਹਿਲਾਂ ਜਿਹੜਾ ਇੱਧਰ ਨੂੰ ਜਾ ਰਿਹਾ ਸੀਗਾ ਉਹ ਪਾਣੀ ਹੁਣ ਇੱਧਰੋਂ ਇੱਧਰ ਨੂੰ ਆਉਣ ਲੱਗ ਗਿਆ ਸੋ ਜਿਹੜੀ ਧਾਰਾ ਦੇ ਵਿੱਚ ਪਾਣੀ ਦੀ ਕੰਟਰੀਬਿਊਸ਼ਨ ਸੀ ਘਟ ਗਈ ਜਦੋਂ ਆਪਾਂ ਲਗਾਤਾਰ ਕਰ ਰਹੇ ਹਾਂ ਸੋ ਪਾਣੀ ਬਿਲਕੁਲ ਹੀ ਧਾਰਾ ਦੇ ਵਿੱਚੋਂ ਵਾਪਸ ਆ ਕੇ ਤੇ ਇੱਧਰੋਂ ਵੀ ਜਿਹੜਾ ਅੱਗੇ ਜਾਣਾ ਸੀ ਉਹ ਵੀ ਰੁਕ ਗਿਆ ਤੇ ਧਾਰਾ ਵਿੱਚੋਂ ਹੀ ਪਾਣੀ ਇੱਧਰ ਆ ਰਿਹਾ ਸੋ ਉੱਪਰ ਨੂੰ ਜਾ ਰਿਹਾ ਸੋ ਇਸ ਦੇ ਨਾਲ ਜਿਹੜਾ ਜਮੀਨੀ ਪਾਣੀ ਦੀ ਵਰਤੋਂ ਨਾਲ ਧਾਰਾ ਦੇ ਵਹਾਅ ਨੂੰ ਘਟਾ ਸਕਦੀ ਹੈ ਪਾਣੀ ਨੂੰ ਧਾਰਾ ਤੋਂ ਦੂਰ ਤੱਕਣ ਇਸ ਨੂੰ ਬੋਰ ਖੂਵਾਰ ਖਿੱਚਿਆ ਜਾ ਸਕਦਾ ਜਿਵੇਂ ਇਸ ਦੇ ਵਿੱਚ ਦੇਖ ਰਹੇ ਪਾਣੀ ਇਧਰ ਆਉਣ ਲੱਗ ਗਿਆ ਜ਼ਮੀਨੀ ਪਾਣੀ ਦੇ ਵਹਾ ਨੂੰ ਰੋਕਦਾ ਹੈ ਜੋ ਕਿ ਧਾਰਾ ਵਿੱਚ ਰਣਦਾ ਹੈ ਜਾਂ ਰਲ ਸਕਦਾ ਹੁੰਦਾ ਹੈ ਇਸ ਦੇ ਨਾਲ ਹੀ ਜਿਹੜਾ ਜ਼ਮੀਨੀ ਪਾਣੀ ਧਰਾਵਾ ਅਤੇ ਨਦੀਆਂ ਦੇ ਵਹਾ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦੀਆਂ ਹਨ ਸੋ ਜਿਵੇਂ ਤੁਸੀਂ ਦੇਖ ਸਕਦੇ ਹੋ ਪਹਿਲੇ ਪਿਕਚਰ ਦੇ ਵਿੱਚ ਜੇ ਇੱਥੇ ਬੋਰ ਨਹੀਂ ਹੈ ਤਾਂ ਪਾਣੀ ਜਿਹੜਾ ਇਹ ਜ਼ਮੀਨੀ ਪਾਣੀ ਹੌਲੀ-ਹੌਲੀ ਧਾਰਾ ਦੇ ਵਿੱਚ ਜਾ ਕੇ ਰਲ ਰਿਹਾ ਹੈ ਸੋ ਜ਼ਮੀਨੀ ਪਾਣੀ ਦੇ ਵਰਤੋਂ ਦੂਰੀ ਤੇ ਸਥਿਤ ਨਦੀਆਂ ਨਾਲਿਆਂ ਨੂੰ ਪ੍ਰਭਾਵਿਤ ਕਰ ਸਕਦੀ ਹੈ ਜੇ ਆਪਣਾ ਬੂਰ ਇਹ ਨੇੜੇ ਆ ਜੇ ਇੱਥੇ ਬਹੁਤ ਦੂਰ ਹੋਵੇ ਤਾਂ ਉਸ ਦੇ ਵਿੱਚੋਂ ਵੀ ਪਾਣੀ ਵਰਤਣ ਦੇ ਨਾਲ ਇੱਥੇ ਆਪਣੀ ਜਿਹੜੀ ਨਦੀ ਨਾਲਾ ਜਾ ਰਿਹਾ ਹੈ ਉਹਦੇ ਵਿੱਚ ਪਾਣੀ ਦੇ ਪ੍ਰਵਾਹ ਦੇ ਉੱਪਰ ਅਸਰ ਪੈ ਸਕਦਾ ਹੈ ਸੋ ਫੈਸਲੇ ਨੂੰ ਸੂਚਿਤ ਕਰਨ ਲਈ ਵਿਗਿਆਨ ਦੇ ਵਿੱਚ ਜ਼ਮੀਨੀ ਪਾਣੀ ਦਾ ਵਿਗਿਆਨ ਦੇ ਵਿੱਚ ਅ ਸੂਬੇ ਦੇ ਵਿੱਚ ਤੁਸੀਂ ਨਕਸ਼ਾ ਦੇ ਸਕਦੇ ਹੋ ਤਾਂ ਇਹ ਜਿਹੜੀਆਂ ਬਿੰਦੀਆਂ ਹਨ ਇੱਥੇ ਜਿਹੜੇ ਇਦਾਂ ਦੇ ਆਬਜ਼ਰਵੇਸ਼ਨ ਵੈਲ ਲਾਏ ਗਏ ਹਨ ਜਿਹੜੇ ਕਿ ਸਾਨੂੰ ਆਪਣੇ ਜ਼ਮੀਨੀ ਪਾਣੀ ਦੇ ਸਤਾ ਦੇ ਵਿੱਚ ਹੁੰਦੀਆਂ ਤਬਦੀਲੀਆਂ ਦਾ ਰੀਅਲ ਟਾਈਮ ਡਾਟਾ ਸਾਡੇ ਕੋਲੇ ਭੇਜਦੇ ਰਹਿੰਦੇ ਹਨ ਤਾਂ ਸੂਬੇ ਦੇ ਕਈ ਵਾਟਰਸ਼ੈਡਾਂ ਵਿੱਚ ਜ਼ਮੀਨੀ ਪਾਣੀ ਦੇ ਲੰਬੇ ਸਮੇਂ ਦੀ ਗ੍ਰਾਨੀ ਲਈ ਗਰਾਊਂਡ ਵਾਟਰ ਲੈਵਲ ਡਾਟਾ ਇੰਟਰਐਕਟ ਜਿਹੜੇ ਵੈਲ ਬਣਾਏ ਗਏ ਹਨ ਜਿਹੜੇ ਕਿ ਇੰਟਰਐਕਟਿਵ ਮੈਪ ਪ੍ਰੋਵਿੰਸ ਆਫ ਬ੍ਰਿਟਿਸ਼ ਕੋਲੰਬੀਆ ਤੇ ਜਾ ਕੇ ਤੁਸੀਂ ਦੇਖ ਸਕਦੇ ਹੋ ਸਤਹੀ ਜ਼ਮੀਨੀ ਜਲ ਪ੍ਰੋਫੈਸਰ ਸੋ ਅਸੀਂ ਕੀ ਕਰਦੇ ਹਾਂ ਸਤਹੀ ਤੇ ਜ਼ਮੀਨੀ ਜਲ ਪਰਸਪਰ ਕਿਰਿਆਵਾਂ ਦਾ ਵਿਸ਼ਲੇਸ਼ਣ ਕਰਕੇ ਜੈਨਕੀ ਹਾਈਡਰੋਲਿਕ ਕਨੈਕਟੀਵਿਟੀ ਜ਼ਮੀਨੀ ਤੇ ਤੀਹੜਲੇ ਪਾਣੀ ਦੇ ਵਿੱਚ ਸਤਹੀ ਪਾਣੀ ਤੇ ਜ਼ਮੀਨੀ ਪਾਣੀ ਦੇ ਵਿੱਚ ਜਿਹੜੀ ਆਪਸ ਦੇ ਵਿੱਚ ਤਾਲਮੇਲ ਉਹਨਾਂ ਦੋਹਾਂ ਨੂੰ ਵਿਚਾਰ ਕੇ ਜਿਹੜੇ ਕਈ ਫੈਸਲੇ ਲਈ ਜਾਂਦੇ ਹਨ ਸੋ ਫੈਸਲੇ ਸੁਚਿਤ ਕਰਨ ਲਈ ਵਿਗਿਆਨ ਮੱਛੀਆਂ ਦੀ ਬਾਦੀ ਸੋ ਜਿਹੜਾ ਸੈਕਸ਼ਨ 88 ਦੇ ਵਿੱਚ ਆਪਾਂ ਮੱਛੀਆਂ ਦੀ ਵੱਸੋਂ ਦੀ ਰੱਖਿਆ ਖਾਤਰ ਕਾਨੂੰਨ ਆਪਣਾ ਟੈਂਪੋਰਰੀ ਪ੍ਰੋਟੈਕਸ਼ਨ ਆਰਡਰ ਜਾਰੀ ਕਰਦੇ ਆ ਸੋ ਉਹਦੇ ਵਿੱਚ ਆਪਾਂ ਇਹ ਗੱਲ ਕਰਦੇ ਆਂ ਵੀ ਖੇਤਰ ਨਿਰਪਰ ਅਤੇ ਖੇਤਰੀ ਮਹਿਰਾਂ ਦੇ ਪੇਸ਼ੇਵਰ ਨਿਰਣੇ ਤੇ ਆਧਾਰਿਤ ਹੁੰਦਾ ਹੈ ਉਸ ਦੇ ਵਿੱਚ ਕੀ ਦੇਖਿਆ ਜਾਂਦਾ ਮਾਈਗ੍ਰੇਸ਼ਨ ਸਪੋਨਿੰਗ ਆਂਡੇ ਦੇ ਨੇ ਪਾਲਣ ਦੇ ਸਮੇਂ ਅਤੇ ਪ੍ਰਵਾਹ ਦੀਆਂ ਲੋੜਾਂ ਦਾ ਮੁਲਾਂਕਣ ਕੀਤਾ ਜਾਂਦਾ ਹੈ ਸੋ ਆਪਾਂ ਮੱਛੀਆਂ ਦੇ ਮਾਈਗ੍ਰੇਸ਼ਨ ਇੱਕ ਥੱਲੇ ਤੋਂ ਧਰਾਵਾਂ ਦੇ ਵਿੱਚ ਸਮੁੰਦਰ ਤੋਂ ਉੱਪਰ ਨੂੰ ਜਾਂਦੀਆਂ ਉਹਦਾ ਧਿਆਨ ਰੱਖਿਆ ਜਾਂਦਾ ਵੀ ਉਹ ਕਿਹੜੇ ਮਹੀਨੇ ਚ ਜਾਂਦੀਆਂ ਕਿ ਉਦੋਂ ਹੀ ਹੀ ਪਾਣੀ ਦੀ ਪਰਵਾ ਬਹੁਤ ਘਟ ਗਿਆ ਹੈ ਸੋ ਇਹਨਾਂ ਗੱਲਾਂ ਦਾ ਧਿਆਨ ਰੱਖਿਆ ਜਾਂਦਾ ਹੈ ਸੋ ਖੋਜ ਅਤੇ ਡਾਟਾ ਸੰਗ੍ਰਹਿ ਕੀਤਾ ਜਾਂਦਾ ਜਿਹੜਾ ਕਿ ਮਜ਼ਬੂਤ ਲੰਮੇ ਸਮੇਂ ਦੇ ਡਾਟਾ ਸੈਟਾਂ ਦੀ ਲੋੜ ਹੁੰਦੀ ਹੈ ਏ ਨਹੀਂ ਵੀ 2 ਸਾਲ ਦਾ ਸਾਡੇ ਕੋਲ ਅੰਕੜੇ ਆ ਗਏ ਤਾਂ ਉਸ ਦੇ ਆਧਾਰ ਤੇ ਫੈਸਲਾ ਲਿਆ ਜਾਂਦਾ ਇਹ ਜਿਹੜੇ ਅੰਕੜੇ ਆ ਵਈ ਧਾਕਿਆਂ ਤੋਂ ਇਕੱਠੇ ਕੀਤੇ ਜਾ ਰਹੇ ਹਨ ਤੇ ਉਹਨਾਂ ਸਾਰਿਆਂ ਦੀ ਐਵਰੇਜ ਆਧਾਰ ਤੇ ਹੀ ਫੈਸਲੇ ਲਈ ਜਾਂਦੇ ਹਨ ਡੀਐਫਓ ਮੂਲ ਨਿਵਾਸੀ ਅਤੇ ਸੈਟਾਨਿਕ ਸੰਸਥਾ ਮਨਾਸੇ ਜੋ ਕਰਕੇ ਇਹਨਾਂ ਬਾਰੇ ਫੈਸਲੇ ਲੈਣ ਲਈ ਹੋਰ ਵਿਗਿਆਨ ਇਕੱਠਾ ਕੀਤਾ ਜਾਂਦਾ ਹੈ ਜੇ ਲੋੜ ਹੋਵੇ ਤਾਂ ਮੱਛੀ ਵਿਗਿਆਨੀ ਮੱਛੀ ਸੁਰੱਖਿਆ ਜੀਵ ਵਿਗਿਆਨੀ ਨਾਜ਼ਕ ਪ੍ਰਵਾਹ ਦਾ ਨੂੰ ਨਿਸ਼ਚਿਤ ਕਰਨ ਦੇ ਲਈ ਕੰਮ ਕਰਦੇ ਹਨ ਸੋ ਜੇ ਤਾਂ ਸਾਨੂੰ ਲੱਗਦਾ ਵੀ ਪਾਣੀ ਦੇ ਪ੍ਰਵਾਹ ਕਿਸੇ ਨਦੀ ਨਾਲੇ ਧਾਰਾ ਦੇ ਵਿੱਚ ਬਹੁਤ ਘਟ ਗਿਆ ਹੈ ਉੱਥੇ ਜਿਹੜੇ ਮੱਛੀ ਸੁਰੱਖਿਆ ਜੀਵ ਵਿਗਿਆਨੀ ਹੁੰਦੇ ਹਨ ਉਹ ਕ੍ਰਿਟੀਕਲ এনवायरमेंटਲ ਥ੍ਰੈਸ਼ਹੋਲਡ ਜਿਹੜਾ ਉਹ ਤੈਅ ਕਰਨ ਦੇ ਵਿੱਚ ਮਦਦ ਕਰਦੇ ਹਨ ਸੋ ਜਾਣਕਾਰੀ ਵਾਲੇ ਫੈਸਲੇ ਤੇ ਖੇਤੀ ਸਬੰਧੀ ਵਿਚਾਰ ਹੁਣ ਆਪਾਂ ਗੱਲ ਕਰਦੇ ਆਂ ਵੀ ਜਿਹੜੇ ਇਹ ਫੈਸਲੇ ਲਈ ਜਾਂਦੇ ਹਨ ਵੀ ਸੈਕਸ਼ਨ 88 ਜਾਂ ਸੈਕਸ਼ਨ 86 87 ਅਧੀਨ ਫੈਸਲਾ ਲੈਣ ਦੇ ਵਿੱਚ ਸਾਨੂੰ ਕੀ ਫਾਇਦਾ ਹੁੰਦਾ ਹੈ ਤੇ ਕੀ ਨੁਕਸਾਨ ਹੁੰਦਾ ਹੈ ਆਪਾਂ ਇਹ ਗੱਲ ਕਰਦੇ ਆਂ ਸੋ ਇਹ ਐਗਜ਼ਾਮਪਲ ਹੈ ਜਿਹੜੀ ਇਹ ਕੋਕਸਲਾ ਵਾਟਰਸ਼ੈਡ ਦੇ ਵਿੱਚ ਸੀ ਵੀ ਇਧਰਲੇ ਪਾਸੇ ਹੈ ਵੀ ਸੈਕਸ਼ਨ 88 ਦੇ ਅਧੀਨ ਫੈਸਲਾ ਲਿਆ ਗਿਆ ਜਿਸ ਦੇ ਵਿੱਚ ਦੇਖ ਸਕਦੇ ਹੋ ਵੀ ਲਗਭਗ 5 ਲੱਖ ਦੀ ਫਸਲ ਦਾ ਨੁਕਸਾਨ ਹੋਇਆ ਚਾਰੇ ਦੀਆਂ ਫਸਲਾਂ ਦੀ ਸਿੰਚਾਈ ਤੇ ਜੋ ਕਿ ਵਰਤੋਂ ਨੂੰ ਹੀ ਪ੍ਰਭਾਵਿਤ ਕਰਦਾ ਹੈ ਤੇ ਸਿਰਫ 40 ਪਾਣੀ ਦੀ ਉਪੋਕਤਾ ਨੂੰ ਹੀ ਸ਼ਾਮਲ ਕੀਤਾ ਗਿਆ ਪਰੰਤੂ ਜੇ ਆਪਾਂ ਦੇਖਿਆ ਵੀ ਜੇ ਅਸੀਂ ਉੱਥੇ ਆਪਣੀ ਸੈਕਸ਼ਨ 86 ਜਾਂ 87 ਜਣੀ ਧਾਰਾ 86 ਜਾਂ 87 ਦੇ ਦੀਨ ਫਿਟਫਰ ਨੂੰ ਲਾਗੂ ਕਰ ਦੇ ਤੇ ਬਤਲਬੀ ਇੱਕ ਤੀਤੀ ਮਿੱਥੀ ਤਰੀਕ ਤੋਂ ਬਾਅਦ ਇਹ ਸਾਰੇ ਲਾਇਸੈਂਸ ਧਾਰਕਾਂ ਨੂੰ ਪਾਣੀ ਦੀ ਵਰਤੋਂ ਰੋਕ ਦਿੰਦੇ ਜਿਹਦੇ ਵਿੱਚ ਕਿ ਜਾਨੀ ਕਿ ਸਾਰੇ ਉਦੇਸ਼ ਆ ਜਾਣੇ ਸੀ ਸੋ ਉਹਦੇ ਨਾਲ ਲਗਭਗ 1.5 ਮਿਲੀਅਨ ਡਾਲਰ ਦੇ ਲਗਭਗ ਦਾ ਫਸਲਾਂ ਦਾ ਨੁਕਸਾਨ ਹੋਣਾ ਸੀ ਜਦਕਿ ਇੱਥੇ ਸਿਰਫ 0.5 ਮਿਲੀਅਨ ਦਾ ਹੋਇਆ ਸੋ ਇਸ ਦੇ ਨਾਲ ਲਗਭਗ 5.5 ਮਿਲੀਅਨ ਡਾਲਰ ਦਾ ਪਸ਼ੂ ਤਨ ਅਤੇ ਦੁੱਧ ਉਤਪਾਦਨ ਦਾ ਨੁਕਸਾਨ ਹੋਣਾ ਸੀ ਸੋ ਪਾਣੀ ਦੀ ਵਰਤੋਂ ਦੇ ਸਾਰੇ ਦੇਸ਼ਾਂ ਨੂੰ ਪ੍ਰਭਾਵਿਤ ਕਰਦਾ ਸੀ ਤੇਰੇ ਨਾਲ 347 ਪਾਣੀ ਭੋਗਤਾਵਾਂ ਤੇ ਅਸਰ ਪੈਣਾ ਸੀ ਸੋ ਗੱਲ ਇਹ ਹੈ ਵੀ ਜਿਹੜਾ ਸੈਕਸ਼ਨ 88 ਦੇ ਅਧੀਨ ਆ ਆਰਡਰ ਕੀਤੇ ਜਾਂਦੇ ਆ ਉਹਦੇ ਵਿੱਚ ਆਪਾਂ ਇਹ ਕਰ ਸਕਦੇ ਆ ਵੀ ਕਿਹੜੇ ਉਦੇਸ਼ ਲਈ ਪਾਣੀ ਦੀ ਵਰਤੋਂ ਨੂੰ ਰੋਕਿਆ ਜਾ ਸਕਦਾ ਹੈ ਕਿਹੜੇ ਉਦੇਸ਼ ਦੀ ਵਰਤੋਂ ਲਈ ਪਾਣੀ ਨੂੰ ਨਹੀਂ ਰੋਕਿਆ ਜਾ ਸਕਦਾ ਪਰੰਤੂ ਜੇ 86 ਤੇ 87 ਦੇ ਦਰਮਿਆਨ ਫਿਟਫਾਰ ਕੀਤਾ ਜਾਂਦਾ ਤਾਂ ਉੱਥੇ ਸਾਰੇ ਉਦੇਸ਼ਾਂ ਨੂੰ ਇੱਕ ਮਿੱਥੀ ਤਰੀਕ ਤੋਂ ਬਾਅਦਿਆਂ ਨੂੰ ਪਾਣੀ ਦੀ ਵਰਤੋਂ ਤੇ ਰੋਕ ਲਾਈ ਜਾਂਦੀ ਹੈ ਸੋ ਇਸ ਕਰਕੇ ਇੱਥੇ ਉਹਨਾਂ ਦੀ ਗਿਣਤੀ ਵੀ ਵੱਧ ਸੀ ਤੇ ਉਸ ਦਾ ਨੁਕਸਾਨ ਵੀ ਵੱਧ ਹੋਇਆ ਸੋ ਅਗਲੀ ਗੱਲ ਕਰਦੇ ਹਾਂ WSA ਦੇ ਅਧੀਨ ਸੂਬਾਈ ਸੂਕਾ ਪ੍ਰਤੀਕਿਰਿਆ ਦੇ ਵਿੱਚ ਕੀ ਕੀ ਆਪਾਂ ਇਸ ਵਾਰੀ ਹੁਣ ਕਰ ਸਕਦੇ ਹਾਂ ਸੋ ਖੇਤਰੀ ਪੱਧਰ ਤੇ ਕੀ ਕਰਦੇ ਹਾਂ ਚਿੰਤਾਜਨਕ ਹਾਲਾਤਾਂ ਵਾਲੇ ਵਾਟਰਸ਼ੈਡਾਂ ਦੀ ਪਛਾਣ ਕਰੋ ਡਾਟਾ ਇਕੱਠਾ ਕਰੋ ਉਹਨਾਂ ਦੀ ਨਿਗਰਾਨੀ ਕਰੋ ਪਾਣੀ ਦੇ ਪੋਤਾਵਾਂ ਨਾਲ ਸੰਚਾਰ ਕਰੋ ਸਥਾਨਕ ਸਰਕਾਰਾਂ ਤੇ ਮੂਲ ਨਿਵਾਸੀਆਂ ਨਾਲ ਕੰਮ ਕਰੋ ਸਵੈ ਸ਼ਟਕਤਾਂ ਕਟੌਤੀਆਂ ਲਈ ਬੇਨਤੀ ਕੀਤੀ ਜਾਂਦੀ ਹੈ ਅਨਧਿਤ ਘਰਤ ਉਪਭੋਗਤਾਵਾਂ ਦੀ ਪਛਾਣ ਕਰਕੇ ਜਿਹੜੇ ਵੀ ਅਨਧਿਤ ਘਰਤ ਵਰਤੋਂ ਕਰ ਰਹੇ ਹਨਾਂ ਦੀ ਪਛਾਣ ਕਰਕੇ ਸੈਕਸ਼ਨ 93 ਦੀ ਨਾਦੇਸ਼ ਜਾਰੀ ਕਰਕੇ ਉਹਨਾਂ ਦੀ ਪਾਣੀ ਦੀ ਵਰਤੋਂ ਰੋਕੀ ਜਾਂਦੀ ਆ ਅਸਥਾਈ ਸੁਰੱਖਿਆ ਦੇਸ਼ਾਂ ਦੀ ਸਿਫਾਰਸ਼ ਕੀਤੀ ਜਾ ਸਕਦੀ ਆ ਸੋ ਇਸ ਤੋਂ ਬਾਅਦ ਆ ਜਾਂਦੀ ਆ ਵੀ ਸੁਭਾਈ ਪੱਧਰ ਤੇ ਆਪਾਂ ਕੀ ਕਰ ਰਹੇ ਹਾਂ ਜੀ ਪ੍ਰਵਿੰਸ਼ੀਅਲ ਲੈਵਲ ਤੇ ਕੀ ਕੀਤਾ ਜਾਂਦਾ ਸੋਕਾ ਪ੍ਰਤੀਕਿਰਿਆ ਖਾਕੇ ਤੇ ਯੋਜਨਾ ਦਾ ਵਿਕਾਸ ਕੀਤਾ ਗਿਆ ਸੰਚਾਰ ਅਤੇ ਮੀਡੀਆ ਦੀ ਸਮੂਲੀਅਤ ਲਈ ਯਤਨ ਕੀਤਾ ਗਿਆ ਖੇਤਰੀ ਟੀਮਾਂ ਦੀਆਂ ਸਿਫਾਰਸ਼ਾਂ ਤੇ ਵਿਚਾਰ ਕਰਦਾ ਹੈ ਤੇ ਇਹ ਦੇਸ਼ ਜਾਰੀ ਕਰਦਾ ਹੈ ਕਿਉਂਕਿ ਜਿਹੜੇ ਖੇਤਰੀ ਪੱਧਰ ਤੇ ਫੈਸਲੇ ਲਏ ਗਏ ਹਨ ਉਹਦੇ ਖਾਤੇ ਜਿਹੜੇ ਆਦੇਸ਼ ਜਾਰੀ ਕਰਨੇ ਹੁੰਦੇ ਹਨ ਉਹ ਸੂਬਾ ਪੱਤਰ ਦੇ ਹੁੰਦੇ ਹਨ ਉਹ ਜਾਂ ਤਾਂ ਲੈਫਟੀਨੈਂਟ ਜਰਨਲ ਜਾਂ ਕੰਟਰੋਲਰ ਆਫ ਵਾਟਰ ਰਾਈਟਸ ਜਾਂ ਮੰਤਰੀ ਦੀ ਮਨਜ਼ੂਰੀ ਦੇ ਨਾਲ ਹੀ ਜਾਰੀ ਕੀਤੇ ਜਾ ਸਕਦੇ ਹਨ ਤੇ ਮਹਤੁਰ ਪਾਣੀ ਦੀ ਘਾਟ ਦਾ ਐਲਾਨ ਕੌਂਸਲ ਵਿੱਚ ਮੰਤਰੀ ਜਾਂ ਲੈਫਟੀਨੈਂਟ ਗਵਰਨਰ ਕਰਦਾ ਹੈ ਕ੍ਰਿਟੀਕਲ এনवायरमेंटਲ ਫਲੋ ਪ੍ਰੋਟੈਕਸ਼ਨ ਆਰਡਰ ਪਾਣੀ ਦੇ ਅਧਿਕਾਰਾਂ ਦਾ ਕੰਟਰੋਲਰ ਕਰਦਾ ਹੈ ਤੇ ਮੱਛੀਵਾਦੀ ਸੁਰੱਖਿਆ ਆਦੇਸ਼ ਮੰਤਰੀ ਵੱਲੋਂ ਕੀਤੇ ਜਾਂਦੇ ਹਨ ਇਸ ਤੋਂ ਬਾਅਦ ਕੁਦਰਤੀ ਸਰੋਤ ਅਧਿਕਾਰੀ ਜਿਹੜੇ ਸਭ ਤੋਂ ਥੱਲੇ ਲੈਵਲ ਤੇ ਆ ਜਾਂਦੇ ਆ ਉਹ ਇਹਦੀ ਪਾਲਣਾ ਜ਼ਰੂਰੀ ਕਰਾਉਂਦੇ ਹਨ ਕਾਨੂੰਨ ਦੀ ਸੋ ਉਸ ਵਾਸਤੇ ਉਹ ਕੀ ਕਰਦੇ ਹਨ ਪਾਲਣਾ ਦੀ ਨਿਰੀਖਣ ਕਰਦੇ ਹਨ ਅਤੇ ਜਾਂ ਸਮੇਤ ਲਾਗੂ ਕਰਨ ਵਾਲੀਆਂ ਕਾਰਗੀਆਂ ਕਰਦੇ ਹਨ ਪਾਣੀ ਉਹ ਇਸ ਦੇ ਨਾਲ ਹੀ ਪਾਣੀ ਦੇ ਵਰਤੋਂ ਵਾਲਿਆਂ ਨੂੰ ਸੈਕਸ਼ਨ 86 87 ਜਾਂ 88 ਜਾਂ 93 ਦੇ ਆਰਡਰ ਪ੍ਰਦਾਨ ਕਰਦਾ ਕਰ ਸਕਦੇ ਹਨ ਖੇਤਰੀ ਟੀਮਾਂ ਦੁਆਰਾ ਨਿਰਧਾਰਤ ਕੀਤੇ ਦੇ ਅਨੁਸਾਰ ਇੱਥੇ ਗੱਲ ਧਿਆਨ ਦੇਣ ਯੋਗ ਹੈ ਵੀ ਜਿਹੜੇ ਕੁਦਰਤੀ ਸਰੋਤ ਅਫਸਰ ਹਨ ਇਹਨਾਂ ਕੋਲ ਕਿਸੇ ਵੀ ਨਿੱਜੀ ਜ਼ਮੀਨ ਵਿੱਚ ਦਾਖਲ ਹੋਣ ਦਾ ਅਧਿਕਾਰ ਹੁੰਦਾ ਹੈ ਪਰੰਤੂ ਨਾਲ ਹੀ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਵੀ ਇਹਨਾਂ ਕੋਲ ਕਦੇ ਕੋਈ ਵੀ ਹਥਿਆਰ ਨਹੀਂ ਹੁੰਦਾ ਸੋ ਇਹਨਾਂ ਤੋਂ ਕੋਈ ਡਰਨ ਦੀ ਲੋੜ ਨਹੀਂ ਉਹ ਆਪਣੀ ਡਿਊਟੀ ਦੀ ਪਾਲਣਾ ਹੀ ਕਰ ਰਹੇ ਹੁੰਦੇ ਹਨ ਤੁਹਾਡਾ ਇਹ ਤੇ ਆਉਣ ਸੁਣਦੇ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇਆਪ ਜੀ ਨੂੰ ਬੇਨਤੀ ਹੈ ਕਿ ਆਪਾਂ ਸੋਕੇ ਦੇ ਟੱਕਰੇ ਲਈ ਖੇਤੀਬਾੜੀ ਮੰਤਰਾਲੇ ਬ੍ਰਿਟਿਸ਼ ਕੋਲੰਬੀਆ ਅਤੇ ਨਾਲ ਹੀ ਭੂਮੀ ਪਾਣੀ ਅਤੇ ਕੁਦਰਤੀ ਸਰੋਤ ਪ੍ਰਬੰਧਨ ਮੰਤਰਾਲੇ ਦੇ ਅਧਿਕਾਰੀਆਂ ਦੇ ਨਾਲ ਜੁੜੀਏ ਤਾਂ ਕਿ ਤੁਹਾਨੂੰ ਸਹੀ ਜਾਣਕਾਰੀ ਮਿਲ ਸਕੇ ਅਤੇ ਆਪਾਂ ਜਿਹੜੀਆਂ ਝੂਠੀਆਂ ਫੁਆਹਾਤੋਂ ਬਚ ਸਕੀਏ ਧੰਨਵਾਦ ਜੀ